ਆਪਰੇਸ਼ਨ ਥੀਟਰ ਦੇ ਬਾਅਦ ਵੀ ਔਰ ਜਦੋਂ ਆਪਰੇਸ਼ਨ ਵੀ ਹੋ ਗਿਆ ਉਹ ਚੜਦੀ ਕਲਾ ਵਾਲੀ ਜਿਹੜੀ ਗੱਲ ਸੀ ਨਾ ਉਹ ਮੇਰੇ ਕੰਨਾਂ 'ਚ ਹਮੇਸ਼ਾ ਗੂੰਜਦੀ ਰਹੀ 14 ਦਿਨਾਂ ਦੇ ਬਾਅਦ ਕੀਮੋ ਲੱਗਦੀ ਸੀਗੀ 8 ਟੋਟਲ ਲਗਣੀਆਂ ਸੀਗੀਆਂ ਤੇ ਜਦੋਂ ਤੱਕ ਸੁਰਤ ਸੰਭਲਦੀ ਸੀ 10 ਦਿਨਾਂ 'ਚ ਸੁਰਤ ਸੰਭਲਦੀ ਸੀ ਅਗਲੀ ਕੀਮੋ ਦੀ ਅਗਲੀ ਕੀਮੋ ਦੀ ਵਾਰੀ ਆ ਜਾਂਦੀ ਸੀ ਮਤਲਬ ਇੱਕ ਸੌਰੀ ਆਉਂਦੀ سپورਟ ਰਹੀ ਪੇਕਿਆਂ ਦੀ سپورਟ ਰਹੀ ਆਲੇ ਦੁਆਲੇ ਵਾਲਿਆਂ ਦੀ ਇੰਸਟੀਚਿਊਟ ਵਾਲਿਆਂ ਦੀ ਤਾਂ ਹਿੰਮਤ ਨਹੀਂ ਹਾਰੀ ਤਾਂ ਇੱਕ ਵਾਰੀ ਮੈਨੂੰ ਹਸਬੰਡ ਨੇ ਕਿਹਾ ਕਿ ਰਹਿਣ ਦੇ ਤੂੰ ਨਾ ਕਰ ਜੁਆਇਨ ਵੀ ਤੇਰੀ ਕੀਮੋਂ ਲੱਗ ਰਹੀ ਐ ਤਾਂ ਮੈਂ ਕਿਹਾ ਨਹੀਂ ਵੀ ਜੋ ਮੇਰਾ ਕੰਮ ਹੈ ਨਾ ਉਹ ਮੈਂ ਕਰਨਾ ਹੀ ਕਰਨਾ ਹੈ ਮਤਲਬ ਆਪਾਂ ਕਹਿ ਦਿੰਦੇ ਹਾਂ ਕਿ ਜੀਵਨ ਸਾਥੀ ਅਸਲ ਚ ਜੀਵਨ ਸਾਥੀ ਦੀ ਜੇ ਪਰਿਭਾਸ਼ਾ ਹੈ ਨਾ ਉਹ ਉਹੀ ਹੈ ਕਿ ਜਿਹੜਾ ਤੁਹਾਡੇ ਔਖੀ ਵਿਲੇ ਚ ਨਾਲ ਰੰਗਮੰਚ ਕਰਨ ਨਾਲ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਜਿਹੜਾ ਨਾ ਉਹ ਪੈਦਾ ਹੁੰਦਾ ਤਾਂ ਉਹ ਰੰਗਮੰਚ ਕਰਕੇ ਹੀ ਇਹ ਜਰਨੀ ਜਿਹੜੀ ਅੱਗੇ-ਅੱਗੇ ਚੱਲਦੀ ਰਹੀ ਰੰਗਮੰਚ ਕਰਨ ਚ ਅਸਲ ਚ ਪ੍ਰੋਬਲਮ ਹੀ ਹੈ ਹਮ ਕਿ ਹਮੇਸ਼ਾ ਲੜਕੀਆਂ ਨੂੰ ਇਹ ਸੋਚਿਆ ਜਾਂਦਾ ਕਿ ਲੜਕੀਆਂ ਜਿਹੜੀਆਂ ਨੇ ਉਹ ਕੁਝ ਗਲਤ ਕਰ ਰਹੀਆਂ ਨੇ ਯੂਨੀਵਰਸਿਟੀ ਤੋਂ ਰੀਅਲ ਜਰਨੀ ਜਿਹੜੀ ਸੀ ਉਹ ਸਟਾਰਟ ਹੋਈ ਤਾਂ ਜਿਹੜੇ ਮੇਰੇ ਹਸਬੰਦ ਨੇ ਜੱਗੀ ਧੂਰੀ ਜੀ ਉਹ ਵੀ ਮੇਰੇ ਨਾਲ ਹੀ ਮੇਰੇ ਬੈਚਮੇਟ ਸੀਗੇ ਉਹ ਪੀ ਐਚ ਡੀ ਦੇ ਦੌਰਾਨ ਹੀ ਨਾਲ ਹੀ ਰਿਪੈਟਰੀ ਕਰਦੀ ਰਹੀ ਤਾਂ ਅਧਿਆਪਨ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਉਹ ਤੋਂ ਸਿਰਫ ਜੋ ਮੈਨੂੰ ਮੈਨੂੰ ਜੋ ਅੱਖਾਂ ਦੇ ਸਾਹਮਣੇ ਜੋ ਦਿਖਾਈ ਦੇ ਰਿਹਾ ਸੀ ਨਾ ਉਹ ਮੇਰਾ ਬੱਚਾ ਹੀ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਨਾ ਤਾਂ ਮੇਰਾ ਬੱਚਾ ਨਾ ਰੋਲ ਜੇ ਕਿਤੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵੀ ਸੋਸ਼ਲ ਕਹਿੰਦੇ ਨੇ ਜ਼ਿੰਦਗੀ ਇੱਕ ਰੰਗਮੰਚ ਹੈ ਜਿਹਦੇ ਉੱਤੇ ਅਸੀਂ ਸਾਰੇ ਆਪੋ ਆਪਣੇ ਕਿਰਦਾਰ ਨਿਭਾ ਰਹੇ ਹਾਂ ਹਰ ਕੋਈ ਜੋ ਵੀ ਉਹਦਾ ਬਣਦਾ ਕਿਰਦਾਰ ਹੈ ਉਹਨੂੰ ਨਿਭਾਉਂਦਾ ਹੀ ਹਰ ਕਿਸੇ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਕਿਰਦਾਰ ਉਹਨੂੰ ਕੁਦਰਤ ਵੱਲੋਂ ਰੱਬ ਵੱਲੋਂ ਮਿਲਿਆ ਹੈ ਉਸ ਕਿਰਦਾਰ ਨੂੰ ਬਿਹਤਰ ਢੰਗ ਦੇ ਨਾਲ ਨਿਭਾਵੇ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਇਸ ਜ਼ਿੰਦਗੀ ਦੇ ਰੰਗਮંચ ਦੇ ਵਿੱਚ ਰੰਗਮંચ ਨੂੰ ਹੀ ਆਪਣਾ ਸੰਸਾਰ ਬਣਾ ਲੈਂਦੇ ਨੇ ਅਜਿਹੀ ਹੀ ਇੱਕ ਸ਼ਖਸੀਅਤ ਦੇ ਮੈਂ ਤੁਹਾਨੂੰ ਅੱਜ ਰੂਬਰੂ ਕਰਵਾਵਾਂਗੀ ਡਾਕਟਰ ਵੰਦਨਾ ਕਪੂਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਵੱਖ-ਵੱਖ ਭੂਮਿਕਾਵਾਂ ਦੇ ਵਿੱਚ ਦੇਖਿਆ ਹੋਵੇਗਾ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਨੇ ਇਸ ਲਈ ਬਤੌਰ ਮੁਖੀ ਥੀਏਟਰ ਵਿਭਾਗ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਨੇ ਹੁਣੇ ਜੇ ਜ਼ਿੰਦਗੀ ਦੀ ਜੰਗ ਅਸੀਂ ਸਾਰੇ ਕਿਤੇ ਨਾ ਕਿਤੇ ਆਪਣੇ ਪੱਧਰ ਤੇ ਜ਼ਿੰਦਗੀ ਦੇ ਵਿਚਾਰੀਆਂ ਦਿੱਕਤਾਂ ਦੁਸ਼ਵਾਰੀਆਂ ਦੇ ਨਾਲ ਲੜਦੇ ਹੋਏ ਅੱਗੇ ਵਧਦੇ ਆ ਇਹਨਾਂ ਨੇ ਇਹਨਾਂ ਦਾ ਉਹ ਰਸਤਾ ਸ਼ਾਇਦ ਸਾਡੇ ਨਾਲੋਂ ਕਿਤੇ ਥੋੜਾ ਜਿਹਾ ਜ਼ਿਆਦਾ ਔਖਾ ਰਿਹਾ ਜ਼ਿੰਦਗੀ ਦੀ ਜੰਗ ਇਹਨਾਂ ਨੇ ਜਿੱਤੀ ਹੈ ਕੈਂਸਰ ਉੱਤੇ ਜਿੱਤ ਡਾਕਟਰ ਵੰਦਨਾ ਨੇ ਪਾਈ ਹੈ ਉਹ ਇਹ ਗੱਲ ਕਹਿੰਦੇ ਨੇ ਕਿ ਰੰਗਮੰਚ ਸੀ ਜਿਨੇ ਉਹਨਾਂ ਨੂੰ ਬਹੁਤ ਵੱਡਾ ਸਹਾਰਾ ਦਿੱਤਾ ਇਸ ਬਿਮਾਰੀ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਿਉਂਕਿ ਉਹ ਵਿਅਸਤ ਰਹੇ ਰੁੱਝੇ ਰਹੇ ਆਪਣੇ ਕਾਰਜ ਖੇਤਰ ਦੇ ਵਿੱਚ ਤੇ ਉਹਨਾਂ ਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਉਹਨਾਂ ਨੂੰ ਅਜਹੀ ਕੋਈ ਸਮੱਸਿਆ ਹੈ ਹੁਣ ਇੱਕ ਕੁੜੀ ਜੋ ਘਰ ਪਰਿਵਾਰ ਸੰਭਾਲ ਰਹੀ ਹੈ ਬੱਚਾ ਸੰਭਾਲ ਰਹੀ ਹੈ ਉਹ ਅਕਾਦਮਿਕ ਖੇਤਰ ਦੇ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਵੀ ਆਪਣੀ ਭੂਮਿਕਾ ਨਿਭਾ ਰਹੀ ਹੈ ਉਹ ਸ਼ੌਕ ਦੇ ਲਈ ਨਾਲ ਨਾਲ ਜਿਹੜਾ ਰੰਗਮંચ ਦਾ ਕੰਮ ਹੈ ਫਿਲਮਾਂ ਦੇ ਵਿੱਚ ਕਿਰਦਾਰ ਵੀ ਨਿਭਾ ਰਹੇ ਨੇ ਤੇ ਇਸ ਬਿਮਾਰੀ ਦੇ ਨਾਲ ਵੀ ਉਹਨਾਂ ਨੇ ਸੰਘਰਸ਼ ਕੀਤਾ ਐਨੇ ਕੰਮ ਇਕੱਠੇ ਕੋਈ ਕਿਵੇਂ ਕਰ ਸਕਦਾ ਹੈ ਤੇ ਉਹ ਵੀ ਖੁਸ਼ ਰਹਿ ਕੇ ਜੀ ਹਾਂ ਇਸੇ ਲਈ ਬਹੁਤ ਖਾਸ ਹੈ ਅੱਜ ਦੀ ਇਹ ਗੱਲਬਾਤ ਇਹਨੂੰ ਜ਼ਰੂਰ ਸੁਣਿਓ ਧਿਆਨ ਦੇ ਨਾਲ ਬਹੁਤ ਕੁਝ ਸਾਨੂੰ ਸਾਰਿਆਂ ਨੂੰ ਸਿੱਖਣ ਲਈ ਮਿਲੇਗਾ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਬਹੁਤ ਲੰਮੇ ਸਮੇਂ ਬਾਅਦ ਮਿਲ ਰਹੇ ਹਾਂ ਬਿਲਕੁਲ ਬੰਦ ਦੁਬਾਰੀ ਠੀਕ ਹੋ ਤੁਸੀਂ ਹੁਣ ਹਾਂ ਬਿਲਕੁਲ ਠੀਕ ਵੈਸੇ ਵੀ ਜਿਹੜੇ ਥੀਏਟਰ ਵਾਲੇ ਹੁੰਦੇ ਹਨ ਨਾ ਉਹ ਹਰ ਵੇਲੇ ਚੜ੍ਹਦੀ ਕਲਾ 'ਚ ਹੀ ਰਹਿੰਦੇ ਆ ਚੜ੍ਹਦੀ ਕਲਾ 'ਚ ਰਹਿਣਾ ਹੀ ਚਾਹੀਦਾ ਕਿਉਂਕਿ ਚੜ੍ਹਦੀ ਕਲਾ 'ਚ ਰਹਿਣ ਕਰਕੇ ਹੀ ਬੰਦਾ ਹਰ ਕੋਈ ਵੀ ਜ਼ਿੰਦਗੀ 'ਚ ਉਹਨੂੰ ਕੋਈ ਮੁਸ਼ਕਲ ਆਂਦੀ ਹੈ ਤਾਂ ਉਹਦੇ ਤੇ ਜਿੱਤ ਪ੍ਰਾਪਤ ਕਰ ਸਕਦਾ ਬਿਲਕੁਲ ਅੱਛਾ ਡਾਕਟਰ ਬੰਦਨਾ ਕਪੂਰ ਨੂੰ ਕਿਉਂਕਿ ਜਿਹੜਾ ਖੇਤਰ ਤੁਸੀਂ ਚੁਣਿਆ ਥੀਏਟਰ ਦਾ ਇਸ ਪਾਸੇ ਅਸੀਂ ਨਾ ਸਾਡੇ ਸਮਾਜ ਨੇ ਕੁਝ ਧਾਰਨਾਵਾਂ ਬਣਾਈਆਂ ਹੋਈਆਂ ਨੇ ਅਸੀਂ ਇਹ ਮੰਨ ਲੈਂਦੇ ਆਂ ਵੀ ਕੁੜੀਆਂ ਲਈ ਇਹ ਵਾਲਾ ਕੰਮ ਸਹੀ ਹੈ ਇਹ ਸਹੀ ਨਹੀਂ ਹੈ ਇਹਦਾ ਕੋਈ ਮਾਪਦੰਡ ਨਹੀਂ ਹੈ ਸਾਡੀ ਸੋਚ ਤੇ ਨਿਰਭਰ ਕਰਦਾ ਏ ਤੁਸੀਂ ਜਿਹੜਾ ਪਾਸਾ ਚੁਣਿਆ ਵਧੇਰੇ ਕਰਕੇ ਜਿਹੜੇ ਸਾਡੀਆਂ ਮੀਡਲ ਕਲਾਸ ਫੈਮਲੀਆਂ ਦੇ ਵਿੱਚੋਂ ਪਰਿਵਾਰ ਬੱਚਿਆਂ ਨੂੰ ਨਹੀਂ ਅਲਾਓ ਕਰਦੇ ਇਸ ਪਾਸੇ ਆਉਣਾ ਤੁਹਾਨੂੰ ਕੋਈ ਐਵੇਂ ਦੀ ਦਿੱਕਤ ਆਈ ਜਿਵੇਂ ਆਪਣੀ ਗੱਲ ਕਰਾਂ ਤਾਂ ਮੈਂ ਜਿਵੇਂ ਸ਼ੁਰੂਆਤ ਤੋਂ ਹੀ ਬਚਪਨ ਤੋਂ ਹੀ ਛੋਟੀਆਂ-ਛੋਟੀਆਂ ਪੋਇਮਸ ਮੈਂ ਬੋਲਣ ਲਈ ਜਾਂਦੀ ਹੁੰਦੀ ਸੀ 5th ਕਲਾਸ ਤੋਂ ਹੀ ਤਾਂ ਫਿਰ ਜਰਨੀ ਸਟਾਰਟ ਹੋਈ ਐਕਚੁਅਲ ਚ ਰੰਗਮঞ্চ ਦੀ ਕਾਲਜ ਤੋਂ ਬੀਬੀ ਕੇ ਡੀਏਵੀ ਕਾਲਜ ਅੰਮ੍ਰਿਤਸਰ ਮੈਂ ਜੁਆਇਨ ਕੀਤਾ ਹੋਇਆ ਸੀ ਉੱਥੇ ਮੈਂ +1 ਚ ਸੀਗੀ ਤੇ ਉੱਥੇ ਗੁਰਚਰਨ ਚੰਨੀ ਜੀ ਹੈਗੇ ਨੇ ਥੀਏਟਰ ਡਾਇਰੈਕਟਰ ਉਹਨਾਂ ਦੀ ਵਰਕਸ਼ਾਪ ਲੱਗੀ ਤੇ ਉਦੋਂ ਮੈਂ ਜਦੋਂ ਰੰਗਮੰਚ ਚ ਪਹਿਲਾ ਮੇਰਾ ਸਟੈਪ ਸੀਗਾ ਉਹਨਾਂ ਦੀ ਉਹ ਵਰਕਸ਼ਾਪ اٹੈਂਡ ਕੀਤੀ ਤਾਂ ਉਦੋਂ ਮੇਰੇ ਵਿੱਚ ਬਹੁਤ ਜ਼ਿਆਦਾ ਕੌਨਫੀਡੈਂਸ ਆਇਆ ਫਿਰ ਯੂਥ ਫੈਸਟੀਵਲ ਚ ਮੈਂ ਪਾਰਟਿਸਿਪੇਟ ਕੀਤਾ ਹੌਲੀ ਹੌਲੀ ਬੀਬੀ ਕੇ ਡੀਏਵੀ ਤੋਂ ਹੀ ਜਰਨੀ ਸਟਾਰਟ ਹੋਈ ਥੀਏਟਰ ਦੀ ਬਹੁਤ ਵੱਡੀ ਪਰਸਨੈਲਿਟੀ ਸ਼੍ਰੀ ਕੇਵਲਤਾਰੀਵਾਲ ਜੀ ਉਹਨਾਂ ਦੇ ਸੰਪਰਕ ਚ ਮੈਂ ਆਈ ਉਥੋਂ ਬਹੁਤ ਕੁਝ ਉਹਨਾਂ ਤੋਂ ਰੰਗਮੰਚ ਦਾ ਸਿੱਖਣ ਨੂੰ ਮਿਲਿਆ ਮਿਹਨਤ ਕਰਨੀ ਸਿੱਖੀ ਤੇ ਹੌਲੀ ਹੌਲੀ ਯੁਵਕ ਮੇਲੀਆਂ ਚ ਪਾਰਟਿਸਿਪੇਟ ਕਰਕੇ ਆਪਣੇ ਆਪ ਨੂੰ ਸਟਰੋਂਗ ਕੀਤਾ ਰੰਗਮੰਚ ਦੀਆਂ ਬਰੀਕੀਆਂ ਨੂੰ ਜਾਣਿਆ ਐਨੋ ਕੌਨਫੀਡੈਂਸ ਨਹੀਂ ਸੀ ਆਪਣੇ ਆਪ ਚ ਬਟ ਹੌਲੀ ਹੌਲੀ ਕਿਉਂਕਿ ਰੰਗਮੰਚ ਕਰਨ ਨਾਲ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਜਿਹੜਾ ਨਾ ਉਹ ਪੈਦਾ ਹੁੰਦਾ ਤਾਂ ਉਹ ਰੰਗਮੰਚ ਕਰਕੇ ਹੀ ਇਹ ਜਰਨੀ ਜਿਹੜੀ ਅੱਗੇ ਅੱਗੇ ਚੱਲਦੀ ਰਹੀ ਉੱਥੋਂ ਬੀਏ ਕੀਤੀ ਫਿਰ ਐਮਏ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮਏ ਪੰਜਾਬੀ ਜੀ ਉਦੋਂ ਬਹੁਤ ਸਾਰੇ ਇਹੋ ਜਿਹੇ ਥੀਏਟਰ ਡਾਇਰੈਕਟਰ ਸੀਗੇ ਜਿਨ੍ਹਾਂ ਦੇ ਨਾਲ ਰੰਗਮंच ਕਰਨ ਦਾ ਮੌਕਾ ਮਿਲਿਆ ਖਾਲਸਾ ਕਾਲਜ ਦੇ ਬਿਲਕੁਲ ਆਪੋਜ਼ਿਟ ਪੰਜਾਬ ਨਾਟਸ਼ਾਲਾ ਜਤਿੰਦਰ ਰਾਯਾਰ ਜੀ ਦੀ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੱਕ ਕੱਚੀ ਸਟੇਜ ਸੀਗੀ ਜਿੱਤੇ ਤੇ ਅਸੀਂ ਰੰਗਮंच ਕਰਦੇ ਹੁੰਦੇ ਸੀਗੇ ਕਾਲਜ ਰਿਹਰਸਲ ਕਰਨੀ ਜਤਿੰਦਰ ਬਰਾੜ ਜੀ ਦੀ ਨਾਟਸ਼ਾਲਾ 'ਚ ਜਾ ਕੇ ਰਿਹਰਸਲ ਕਰਨੀ ਕੀਵਲ ਧਾਰੀਵਾਲ ਜੀ ਦੇ ਆਫਿਸ ਤੇ ਜਾ ਕੇ ਰਿਹਸਲ ਕਰਨੀ ਇੱਕ ਦਿਨ ਵਿੱਚ ਤਿੰਨ ਤਿੰਨ ਰਿਹਸਲਾਂ ਕਰਨੀਆਂ ਅਲੱਗ-ਅਲੱਗ ਪਰਫਾਰਮੈਂਸਿਸ ਕਰਨੀਆਂ ਮਤਲਬ ਉਹ ਜਰਨੀ ਇੱਕ ਅਲੱਗ ਤਰ੍ਹਾਂ ਦੀ ਸੀ ਕਹਿੰਦੇ ਨੇ ਕਿ ਬਹੁਤ ਵੱਡੇ ਕਲਾਕਾਰ ਜਿਹੜੇ ਹੁੰਦੇ ਆ ਨਾ ਉਹ ਯੂਵਕ ਮੇਲਿਆਂ ਦੀਆਂ ਸਟੇਜਾਂ ਤੋਂ ਨਿਕਲਦੇ ਨੇ ਬਿਲਕੁਲ ਪਰ ਕੁੜੀਆਂ ਲਈ ਕਿਤੇ ਨਾ ਕਿਤੇ ਉਹਨਾਂ ਮੇਲਿਆਂ ਦੀਆਂ ਸਟੇਜਾਂ ਤੱਕ ਪਹੁੰਚਣ ਦਾ ਸਫ਼ਰ ਵੀ ਬਹੁਤ ਸੰਘਰਸ਼ ਵਾਲਾ ਹੁੰਦਾ ਹੈ ਪਰਿਵਾਰਕ ਸਹਿਯੋਗ ਕਿੰਨਾ ਕਰ ਰਿਹਾ ਪਰਿਵਾਰਿਕ ਸਹਿਯੋਗ ਇਦਾਂ ਸੀ ਕਿ ਮੇਰੀ ਜਿਹੜੀ ਫਾਦਰ ਸਾਹਿਬ ਸੀਗੇ ਉਹ ਮੈਨੂੰ ਹਮੇਸ਼ਾ ਹੀ ਸਪੋਰਟ ਕਰਦੇ ਸੀਗੇ ਜਦੋਂ ਮੈਂ ਯੂਥ ਫੈਸਟੀਵਲ 'ਚ ਨਾਟਕਾਂ 'ਚ ਪਾਰਟਿਸਿਪੇਟ ਕਰਨਾ ਤਾਂ ਉਹਨਾਂ ਨੇ ਸਰਕਾਰੀ ਜੌਬ 'ਚ ਸੀਗੇ ਉਹ ਪੰਜਾਬ ਰਾਜ ਬਿਜਲੀ ਬੋਰਡ 'ਚ ਤਾਂ ਉਹਨਾਂ ਨੇ ਮਤਲਬ ਛੁੱਟੀ ਲੈ ਕੇ ਉੱਥੋਂ ਮੇਰਾ ਨਾਟਕ ਦੇਖਣ ਆਣਾ ਤਾਂ ਉਹ ਮਤਲਬ ਮੈਨੂੰ ਇੱਕ ਅੰਦਰੋਂ ਬਹੁਤ ਜ਼ਿਆਦਾ ਸ਼ਕਤੀ ਦਿੰਦਾ ਸੀਗਾ ਕਿ ਮੇਰੇ ਫਾਦਰ ਮੇਰੇ ਨਾਲ ਨੇ ਜੀ ਹਮੇਸ਼ਾ ਮੇਰੇ ਬ੍ਰਦਰਸ ਉਹਨਾਂ ਨੇ ਵੀ ਮੈਨੂੰ ਮਤਲਬ ਬਹੁਤ ਸਪੋਰਟ ਕੀਤੀ ਹਮੇਸ਼ਾ ਇੱਕ ਵਧੀਆ ਸਾਥ ਉਹਨਾਂ ਨੇ ਮੇਰਾ ਦਿੱਤਾ ਹਾਂ ਇੱਕ ਵਾਰ ਦੀ ਘਟਨਾ ਹੈ ਕਿ ਜਦੋਂ ਬੀਬੀਕੇ ਡੀਏਵੀ ਤੋਂ ਅਸੀਂ ਖਾਲਸਾ ਕਾਲਜ ਮੇਰੀ ਐਡਮਿਸ਼ਨ ਹੋਈ ਤਾਂ ਉਹ ਕੁ ਐਜੂਕੇਸ਼ਨ ਕਾਲਜ ਸੀਗਾ ਤਾਂ ਉਹਦੇ ਵਿੱਚ ਇਸ ਤਰ੍ਹਾਂ ਸੀ ਕਿ ਰਾਤ ਨੂੰ ਜਦੋਂ ਰਿਹਸਲ ਤੋਂ ਮੈਂ ਲੇਟ ਹੋ ਜਾਂਦੀ ਸੀ ਤਾਂ ਉਥੋਂ ਕੁਛ ਛੱਡਣ ਨਹੀਂ ਸੀ ਆ ਸਕਦਾ ਹੂੰ ਕਿਉਂਕਿ ਉਂਝ ਵੀ ਜੜੀਆਂ ਇਹ ਰਿਹਸਲਸ ਚੱਲ ਰਹੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੋਈ ਸਮਾਂ ਸੀਮਾ ਤਾਂ ਹੁੰਦੀ ਨਹੀਂ ਤੁਸੀਂ ਲੇਟ ਅਕਸਰ ਹੋ ਜਾਂਦੇ ਹੋ ਹੋ ਜਾਂਦੇ ਆ ਤਾਂ ਉਹ ਫਿਰ ਮਤਲਬ ਕਰਦਿਆਂ ਨੂੰ ਇਹ ਚੀਜ਼ ਨਹੀਂ ਸੀ ਚੰਗੀ ਲੱਗਦੀ ਤਾਂ ਫਿਰ ਮੈਂ ਇੱਕ ਰਸਤਾ ਲੱਭਿਆ ਕਿ ਕਿਵੇਂ ਕਰਦਿਆਂ ਨੂੰ ਯਕੀਨ ਦਿਵਾਇਆ ਜਾਵੇ ਕਿ ਵੀ ਮੈਂ ਕਿਤੇ ਕੁਝ ਗਲਤ ਨਹੀਂ ਕਰ ਰਹੀ ਹੂੰ ਹੈਨਾ ਮੈਂ ਰੰਗਮંચ ਕਰਨ ਜਾ ਰਹੀ ਹਾਂ ਮੈਂ ਨਾਟਕ ਕਰਦੀ ਹਾਂ ਮੈਂ ਕੁਝ ਗਲਤ ਨਹੀਂ ਕਰਨ ਜਾ ਰਹੀ ਤਾਂ ਮੈਂ ਕੀ ਕਰਦੀ ਸੀ ਕਿ ਮੈਂ ਆਪਣੇ ਬ੍ਰਦਰ ਨੂੰ ਕਹਿੰਦੀ ਸੀ ਕਿ ਤੁਸੀਂ ਮੈਨੂੰ ਰਿਹਰਸਲ ਤੋਂ ਬਾਅਦ ਉੱਥੋਂ ਲੈਣ ਆਓ ਅੱਛਾ ਤਾਂ ਉਹ ਘੰਟਾ ਪਹਿਲੇ ਆ ਜਾਂਦੇ ਸੀ ਉਹ ਦੇਖਦੇ ਸੀ ਕਿ ਕੀ ਕਿਵੇਂ ਰਿਹਰਸਲ ਕਰਦੇ ਨੇ ਹੂੰ ਤਾਂ ਹੌਲੀ ਹੌਲੀ ਉਹਨਾਂ ਨੂੰ ਵਿਸ਼ਵਾਸ ਹੋਣਾ ਸ਼ੁਰੂ ਹੋ ਗਿਆ ਹੂੰ ਕਿ ਠੀਕ ਹੈ ਬਿਲਕੁਲ ਕੋਈ ਇਹੋ ਜੀ ਗੱਲ ਨਹੀਂ ਹੈ ਜਿਵੇਂ ਮਨਚ ਹੁੰਦਾ ਨਾ ਕਿ ਗਲੀ ਮੱਲੇ ਵਾਲਿਆਂ ਨੂੰ ਵੀ ਇਹ ਪ੍ਰੋਬਲਮ ਹੁੰਦੀ ਹੈ ਕਿ ਜੇ ਲੜਕੀ ਰਾਤੀ 1 ਵਜੇ ਆ ਰਹੀ ਹੈ ਤਾਂ ਉਹ ਗਲਤ ਹੀ ਸੋਚਦੇ ਨੇ ਕਿ ਕਿ ਤੂੰ ਗਲਤ ਹੀ ਆ ਰਹੀ ਹੈ ਹਾਲਾਂਕਿ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਰੰਗਮੰਚ ਕਰਨ ਚ ਅਸਲ ਚ ਪ੍ਰੋਬਲਮ ਹੀ ਹੈ ਕਿ ਹਮੇਸ਼ਾ ਲੜਕੀਆਂ ਨੂੰ ਇਹ ਸੋਚਿਆ ਜਾਂਦਾ ਕਿ ਲੜਕੀਆਂ ਜਿਹੜੀਆਂ ਨੇ ਉਹ ਕੁਝ ਗਲਤ ਕਰ ਰਹੀਆਂ ਨੇ ਨਹੀਂ ਇਹ ਮੈਨੂੰ ਲੱਗਦਾ ਸਮੱਸਿਆ ਹਰ ਖੇਤਰ ਦੇ ਵਿੱਚ ਹੈ ਕੁਝ ਸਮਾਂ ਪਹਿਲਾਂ ਨਾ ਰਾਣੀ ਮੁਖਰਜੀ ਹੋਰਾਂ ਦੀ ਫਿਲਮ ਸੀ ਮਰਦਾਨੀ 2 ਹੂੰ ਹੂੰ ਉਹਦੇ ਵਿੱਚ ਇੱਕ ਥਾਂ ਤੇ ਕਹਿੰਦੇ ਕਿ ਜੇ ਮੁੰਡਾ ਰਾਤ ਦੇਰ ਰਾਤ ਤੱਕ ਘਰੇ ਆ ਰਿਹਾ ਹੈ ਤਾਂ ਅਸੀਂ ਕਹਿੰਦੇ ਹਾਈ ਵਿਚਾਰਾ ਕਿੰਨੀ ਮਿਹਨਤ ਕਰ ਰਿਹਾ ਹੈ ਹੈਨਾ ਤੇ ਜੇ ਕੁੜੀ ਦੇਰ ਰਾਤ ਨੂੰ ਘਰੇ ਆ ਰਹੀ ਹੈ ਤਾਂ ਅਸੀਂ ਕਹਿੰਦੇ ਕਿ ਜ਼ਰੂਰ ਹੈ ਕਿਤੋਂ ਐਵੇਂ ਹੀ ਆਈ ਹੈ ਬਿਲਕੁਲ ਇਹ ਚੀਜ਼ ਹੈ ਤਾਂ ਇਹ ਜੜੀਆਂ ਦੋ ਰਾਵਾਂ ਨੇ ਨਾ ਸਮਾਜ ਦੇ ਆ ਉਂਝ ਵੀ ਕਹਿੰਦੇ ਨੇ ਕਿ ਵੀ ਦਾਤੀ ਨੂੰ ਇੱਕ ਪਾਸੇ ਦੰਦੇ ਸਮਾਜ ਨੂੰ ਦੋਵੇਂ ਪਾਸੇ ਲੜਕੀਆਂ ਲਈ ਤੇ ਹਮੇਸ਼ਾ ਹੀ ਪ੍ਰੋਬਲਮ ਰਹੀ ਹੈ ਜੀ ਬਟ ਮੇਰੇ ਘਰਦਿਆਂ ਨੇ ਮੈਨੂੰ ਹਮੇਸ਼ਾ ਹੀ ਸਪੋਰਟ ਕੀਤੀ ਹੈ ਜੀ ਇੱਕ ਕੁੜੀ ਦੀ ਜ਼ਿੰਦਗੀ ਦਾ ਬਹੁਤ ਵੱਡਾ ਬਦਲ ਹੁੰਦਾ ਏ ਜਦੋਂ ਉਹਦਾ ਵਿਆਹ ਹੋ ਜਾਂਦਾ ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡੇ ਜੀਵਨ ਸਾਥੀ ਜੱਗੀ ਧੂਰੀ ਜੀ ਉਹ ਵੀ ਰੰਗਮੰਚ ਦੇ ਨਾਲ ਜੁੜੇ ਹੋਏ ਸੀ ਪਰ ਅਕਸਰ ਇਹ ਵੀ ਕਿਹਾ ਜਾਂਦਾ ਕਿ ਜੇ ਤੁਸੀਂ ਇੱਕੋ ਖੇਤੇ ਦੇ ਵਿੱਚ ਸ਼ਾਮਿਲ ਹੋ ਨਾ ਤੁਹਾਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ ਤੁਹਾਡਾ ਅਨੁਭਵ ਕਿਵੇਂ ਰਿਹਾ ਨਹੀਂ ਮੇਰਾ ਅਨੁਭਵ ਇਸ ਦੌਰਾਨ ਬਹੁਤ ਹੀ ਵਧੀਆ ਰਿਹਾ ਮੈਂ ਜਦੋਂ ਐਮਏ ਪੰਜਾਬੀ ਕਰ ਲਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਤਾਂ ਉੱਥੇ ਹੀ ਮੈਨੂੰ ਜੌਬ ਮਿਲ ਗਈ ਤੇ ਇੱਕ ਮਹੀਨਾ ਮੈਂ ਉੱਥੇ ਪੜਾਇਆ ਪਰ ਉਹ ਜਿਹੜਾ ਥੀਏਟਰ ਦਾ ਕੀੜਾ ਸੀਗਾ ਉਹ ਨਹੀਂ ਸੀ ਸ਼ਾਂਤੋਂ ਦੇ ਰਿਹਾ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਇਹਦੇ ਵਿੱਚ ਹੀ ਹਾਇਰ ਸਟੱਡੀ ਕੀਤੀ ਜਾਵੇ ਤਫੀਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਥੀਏਟਰ ਡਿਪਾਰਟਮੈਂਟ ਥੀਏਟਰ ਐਂਡ ਟੀਲੀਵਿਜ਼ਨ ਡਿਪਾਰਟਮੈਂਟ ਜਿਵੇਂ ਬਤੌਰ ਵਿਦਿਆਰਥੀ ਇੱਥੇ ਐਡਮਿਸ਼ਨ ਲਿੱਤੀ ਜੀ ਤਾਂ ਉਸ ਤੋਂ ਬਾਅਦ ਜਿਹੜੀ ਥੀਏਟਰ ਦੀ ਇੱਕ ਰੀਅਲ ਜਰਨੀ ਕਹਿ ਸਕਦੇ ਹਾਂ ਸਟਾਰਟ ਹੋਈ ਇੱਥੇ ਬਹੁਤ ਸਾਰੇ ਟੀਚਰਾਂ ਦੇ ਮੈਂ ਸੰਪਰਕ ਚਾਈ ਜਿਵੇਂ ਡਾਕਟਰ ਨਵਿੰਦਰ ਬਹਿਲ ਜੀ ਤੋਂ ਮੈਂ ਅਭਿਨੇ ਸਿੱਖਿਆ ਡਾਕਟਰ ਸੁਨੀਤਾ ਧੀਰ ਜੀ ਤੋਂ ਡਾਕਟਰ ਯੁਗੇਸ਼ ਗੰਭੀਰ ਜੀ ਇਨਰ ਦੇ ਅੰਡਰ ਮੈਂ ਬਹੁਤ ਸਾਰੀਆਂ ਵਰਕਸ਼ਾਪਸ ਤੇ ਬਹੁਤ ਸਾਰੇ ਨਾਟਕਾਂ ਚ ਪਾਰਟਿਸਿਪੇਟ ਕੀਤਾ ਤਾਂ ਯੂਨੀਵਰਸਿਟੀ ਤੋਂ ਰੀਅਲ ਜਰਨੀ ਜਿਹੜੀ ਸੀ ਉਹ ਸਟਾਰਟ ਹੋਈ ਤਾਂ ਜਿਹੜੇ ਮੇਰੇ ਹਸਬੰਡ ਨੇ ਜੱਗੀ ਧੁਰੀ ਜੀ ਉਹ ਵੀ ਮੇਰੇ ਨਾਲ ਹੀ ਮੇਰੇ ਬੈਚਮੇਟ ਸੀਗੇ ਤਾਂ ਇੱਕ ਅੱਛਾ ਮਤਲਬ ਦੋਸਤ ਕਹਿ ਲੋ ਕਿ ਜਿਹੜਾ ਹੁੰਦਾ ਨਾ ਉਹ ਵਧੀਆ ਹਸਬੰਡ ਬਣ ਸਕਦਾ ਜੀ ਅਸੀਂ ਕਹਿੰਦੇ ਹਾਂ ਨਾ ਕਿ ਨਹੀਂ ਜੀ ਇੱਕੋ ਪ੍ਰੋਫੈਸ਼ਨ ਦੇ ਹੋਣਗੇ ਤਾਂ ਲੜਾਈਆਂ ਝਗੜੇ ਹੋਣਗੇ ਮੈਨੂੰ ਲੱਗਦਾ ਕਿ ਨਹੀਂ ਜੀ ਇੱਕ profession ਦੇ ਉਹ ਤਾਂ ਸਭ ਤੋਂ ਜ਼ਿਆਦਾ ਸੁਖਾਵਾਂ ਮਾਹੌਲ ਰਹਿੰਦਾ ਹੈ ਇੱਕ ਦੂਸਰੇ ਦੀਆਂ ਪ੍ਰੋਬਲਮਸ ਨੂੰ ਸਮਝਿਆ ਜਾਂਦਾ ਹੈ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਇਸ ਖੇਤਰ ਦੇ ਵਿੱਚ ਕਿਹੜੀਆਂ ਦਿੱਕਤਾਂ ਤੋਂ Schwieriyan ਆਉਂਦੀਆਂ ਨੇ ਬਿਲਕੁਲ ਬਿਲਕੁਲ ਜਾਣਦੇ ਹੋ ਤੁਸੀਂ ਪਿੱਤਰ ਜਾਣਦੇ ਹੋ ਜੇ ਕਦੇ ਲੇਟ ਸਵੇਟ ਹੋ ਜਾਂਦੇ ਆ ਜਾਂ ਜਿਵੇਂ ਹੁਣ ਫਿਲਮਾਂ 'ਚ ਅਸੀਂ ਕੰਮ ਕਰਦੇ ਆ ਤਾਂ ਦੋ-ਦੋ ਰਾਤਾਂ ਬਾਹਰ ਵੀ ਜਾਣਾ ਪੈਂਦਾ ਹੈ ਕਈ ਵਾਰੀ ਹਫ਼ਤਾ-ਫ਼ਤਾ ਵੀ ਬਾਹਰ ਰਹਿਣਾ ਪੈਂਦਾ ਹੈ ਤਾਂ ਜੇ ਹਸਬੰਡ ਉਸੇ ਫੀਲਡ ਦਾ ਹੈ ਤਾਂ ਬਹੁਤ ਫਰਕ ਪੈਂਦਾ ਇਸ ਚੀਜ਼ ਨਾਲ ਉਹ ਅੰਡਰਸਟੈਂਡ ਕਰਦੇ ਨੇ ਹਰ ਚੀਜ਼ ਨੂੰ ਉਹਨਾਂ ਨੂੰ ਪਤਾ ਹੈ ਕਿ ਉਹ ਖੁਦ ਫਿਲਮਾਂ ਕਰਦੇ ਨੇ ਖੁਦ ਰੰਗਮঞ্চ ਕਰਦੇ ਨੇ ਤਾਂ ਕੋਈ ਵੀ ਸਮੱਸਿਆ ਜਿਹੜੀ ਉਹ ਨਹੀਂ ਆਉਂਦੀ ਜੀ ਤੁਸੀਂ ਰੰਗਮঞ্চ ਤੋਂ ਅਧਿਆਪਨ ਦੇ ਨਾਲ ਕਿਵੇਂ ਜੁੜੇ ਇੱਥੋਂ ਹੀ ਮੇਰੀ ਜਦੋਂ 2004 ਚ ਐਮਏ ਕੰਪਲੀਟ ਹੋਈ ਤਾਂ ਇੱਥੇ ਰਿਪੇਟਰੀ ਥੀਏਟਰ ਸ਼ੁਰੂ ਹੋਇਆ ਪੰਜਾਬ ਯੂਨੀਵਰਸਿਟੀ ਪਟਿਆਲਾ ਚ ਰਿਪੇਟਰੀ ਥੀਏਟਰ ਕੀ ਇੱਕ ਨਾਟਕ ਮੰਡਲੀ ਜਿਹੜੀ ਕਿ ਜਗਾ ਜਗਾ ਤੇ ਜਾ ਕੇ ਨਾਟਕ ਕਰਦੀ ਸੀ ਪੰਜਾਬ ਦੇ ਸਾਰੇ ਹੀ ਏਰੀਆ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਹੂੰ ਤਾਂ ਉਸ ਰੈਪਟਰੀ ਕੰਪਨੀ ਚ ਮੈਨੂੰ ਜੌਬ ਮਿਲ ਗਈ ਅੱਛਾ ਤਾਂ ਉਹਦੇ ਨਾਲ ਨਾਲ ਹੀ ਮੈਂ ਪੀ ਐਚ ਡੀ ਸਟਾਰਟ ਕਰ ਦਿੱਤੀ ਡਾਕਟਰ ਸੁਮੇਤਾ ਤੀਰ ਮੈਡਮ ਜੀ ਦੇ ਅੰਡਰ ਮੇਰੀ ਪੀ ਐਚ ਡੀ ਹੈ ਤੇ ਉਹ ਪੀ ਐਚ ਡੀ ਦੇ ਦੌਰਾਨ ਹੀ ਨਾਲ ਹੀ ਰੈਪਟਰੀ ਕਰਦੀ ਰਹੀ ਤਾਂ ਅਧਿਆਪਨ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਮੇਰੇ ਨੇਬਰ ਚ ਇੱਕ ਲੜਕੀ ਸੀਗੀ ਦੀਦੀ ਸੀਗੇ ਉਹ ਪੀ ਐਚ ਡੀ ਕਰਦੇ ਸੀਗੇ ਤਾਂ ਗਲੀ ਚ ਬੜੀ ਗੱਲ ਮਸ਼ਹੂਰ ਸੀ ਕਿ ਉਹ ਬਹੁਤ ਵੱਡੀ ਪੜਾਈ ਕਰਦੇ ਨੇ ਬਹੁਤ ਵੱਡੀ ਪੜਾਈ ਕਰਦੇ ਨੇ ਤਾਂ ਮੈਨੂੰ ਇੰਝ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਮਤਲਬ ਪੀ ਐਚ ਡੀ ਕੀ ਹੈ ਹੂੰ ਤਾਂ ਉਹ ਸ਼ੁਰੂ ਤੋਂ ਹੀ ਹੁੰਦਾ ਨਾ ਇੱਕ ਸੁਪਨਾ ਕਿ ਮਤਲਬ ਇਹ ਚੀਜ਼ ਕਰਨੀ ਹੈ ਤਾਂ ਜਦੋਂ ਯੂਨੀਵਰਸਿਟੀ ਆਏ ਤਾਂ ਪੀ ਐਚ ਡੀ ਬਾਰੇ ਪਤਾ ਲੱਗਾ ਹਨਾ ਤਾਂ ਉਹ ਸੀਗਾ ਕਿ ਨਹੀਂ ਮੈਂ ਪੀ ਐਚ ਡੀ ਕਰਨੀ ਕਰਨੀ ਹੈ ਹੂੰ ਹੌਲੀ ਹੌਲੀ ਫਿਰ ਪਤਾ ਲੱਗਾ ਕਿ ਉਹ ਕੀ ਹੈ ਪੀ ਐਚ ਡੀ ਬਿਲਕੁਲ ਤੇ ਪੀ ਐਚ ਡੀ ਕੀਤੀ ਫਿਰ 2006 ਚ ਮੇਰੀ ਸਿਲੇਕਸ਼ਨ ਹੋ ਗਈ ਦਿੱਲੀ ਨੈਸ਼ਨਲ ਸਕੂਲ ਆਫ ਡਰਾਮਾ ਚ 2006 ਤੋਂ 2008 'ਚ ਮੈਂ ਬਤੌਰ ਕਲਾਕਾਰ ਉੱਥੇ ਕੰਮ ਕੀਤਾ। ਉੱਥੇ ਜਿਹੜੇ ਆਂਡੀਆਂ ਦੇ ਬਹੁਤ ਵੱਡੇ ਡਾਇਰੈਕਟਰਸ ਉਹਨਾਂ ਦੇ ਐਮਐਸਡੀ ਦੇ ਵਿੱਚ ਕੰਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇੱਕ ਸੁਪਨਾ ਹੁੰਦਾ ਹੈ। ਬਿਲਕੁਲ ਮੈਲੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉੱਥੇ ਹਿੰਦੀ ਦਾ ਜ਼ਿਆਦਾ ਹੈ। ਤਾਂ ਮੈਨੂੰ ਲੱਗਦਾ ਸੀ ਕਿ ਮੇਰੀ ਸਿਲੈਕਸ਼ਨ ਨਹੀਂ ਹੋਏਗੀ। ਮੈਂ ਪਿਓਰ ਪੰਜਾਬਣ ਤੇ ਵੀ ਨਹੀਂ ਮੇਰੀ ਉੱਥੇ ਸਿਲੈਕਸ਼ਨ ਹੋਣਾ ਮੁਸ਼ਕਲ ਹੈ। ਬਟ ਫਿਰ ਮੈਨੂੰ ਲੱਗਾ ਕਿ ਇੰਟਰਵਿਊ ਦੇਣੀ ਚਾਹੀਦੀ ਹੈ। ਇੰਟਰਵਿਊ ਦਿੱਤੀ ਉਹ ਕਹਿੰਦੇ ਜੀ ਗਾਣਾ ਆਂਦਾ ਮੈਂ ਕਿਹਾ ਹਾਂਜੀ ਪੰਜਾਬ ਦੇ ਲੋਕ ਗਾ ਹੀ ਲੈਂਦੇ ਨੇ ਡਾਂਸ ਮੈਂ ਕਿਹਾ ਹਾਂ ਡਾਂਸ ਵੀ ਕਰ ਹੀ ਲੱਤੇ ਆ ਉਹਨਾਂ ਨੇ ਰਿਦਮ বাজਾਈ ਥੋੜਾ ਜਿਹਾ ਨੱਚ ਕੇ ਦਿਖਾਇਆ ਥੋੜਾ ਜਿਹਾ ਗਾ ਕੇ ਦਿਖਾਇਆ ਥੋੜੀ ਜੀ ਐਕਟਿੰਗ ਕਰਕੇ ਦਿਖਾਈ ਸਿਲੈਕਸ਼ਨ ਹੋ ਗਈ ਤੇ ਦੋ ਸਾਲ ਮੇਰੇ ਉੱਥੇ ਬਹੁਤ ਵਧੀਆ ਥੀਏਟਰ ਦੀਆਂ ਰੰਗਮੰਚ ਦੀਆਂ ਬਹੁਤ ਸਾਰੀਆਂ ਬਰੀਕੀਆਂ ਸਿੱਖਣ ਨੂੰ ਮਿਲੀਆਂ ਸੋਚ ਬੜੀ ਵਾਈਡ ਹੋਈ ਜੀ ਕਿਉਂਕਿ ਜਦੋਂ ਆਪਾਂ ਕਿਸੇ ਮੈਟਰੋ ਸਿਟੀਜ਼ ਚ ਜਾਂਦੇ ਆ ਨਾ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਾਂ ਸੋਚ ਦਾ ਜਿਹੜਾ ਇੱਕ ਦਾਇਰਾ ਸੀ ਨਾ ਉਹ ਬਹੁਤ ਜ਼ਿਆਦਾ ਖੁੱਲ ਗਿਆ ਜਿਹੜੇ ਮੈਂ ਪਹਿਲੇ ਡਿਸੀਜਨ ਲੈਂਦੀ ਸੀ ਕਿ ਨਹੀਂ ਮਤਲਬ ਕਿ ਜੀਲ ਮੈਂ ਲਵ ਮੈਰਿਜ ਕਰਵਾਨੀ ਆ ਕਿ ਸਾਡੀ ਫੈਮਿਲੀ ਚ ਕਿਸੇ ਨੇ ਆ ਉਹ ਜਿਹੜਾ ਕਦੇ ਕੁਝ ਨਹੀਂ ਕੀਤਾ ਹਨਾ ਵੀ ਕਿਤੇ ਕੁਝ ਗਲਤ ਤਾਂ ਨਹੀਂ ਉਹ ਮਨ ਚ ਕਿਤੇ ਡਾਊਟ ਸੀਗਾ ਤਾਂ ਜਦੋਂ ਮੈਂ ਉੱਥੋਂ ਵਾਪਸ ਆਈ 2008 ਚ ਮੈਂ ਬੈਕ ਆਈ ਮੈਂ ਥੀਸਿਸ ਸਬਮਿਟ ਕਰਵਾਇਆ ਤੋਂ ਉਦੋਂ ਤੱਕ ਮੈਨੂੰ ਮੇਰੀ ਸੋਚ ਇੱਕ ਡਿਵੈਲਪ ਹੋ ਚੁੱਕੀ ਸੀ ਕਿ ਕੋਈ ਚੀਜ਼ ਗਲਤ ਨਹੀਂ ਹੈ ਹਮ ਆਪਣੀ ਇੱਕ ਵਾਰੀ ਜ਼ਿੰਦਗੀ ਮਿਲੀ ਉਹਨੂੰ ਵਧੀਆ ਤਰੀਕੇ ਨਾਲ ਜਿਉ ਖੁੱਲ ਕੇ ਜਿਉ ਜੋ ਤੁਹਾਡੇ ਮਨ ਚ ਹੈਗਾ ਉਹਨੂੰ ਐਕਸਪ੍ਰੈਸ ਕਰੋ ਖੁੱਲ ਕੇ ਜਿਉ ਜ਼ਿੰਦਗੀ ਤਾਂ ਫਿਰ ਮੈਂ ਮਤਲਬ ਆਪਣੇ ਘਰਦਿਆਂ ਨੂੰ ਆਪਣੇ ਦੋਸਤ ਬਾਰੇ ਦੱਸਿਆ ਹੂੰ ਕਿਉਂਕਿ ਮੇਰੀ ਫੈਮਿਲੀ ਚ ਨਾ ਸਪੋਰਟਿਵ ਰਹੇ ਨੇ ਸਾਰੇ ਔਰ ਖਾਸ ਕਰਕੇ ਮੇਰੇ ਬ੍ਰਦਰ ਹੂੰ ਤਿੰਨ ਬ੍ਰਦਰ ਨੇ ਮੇਰੇ ਮੈਂ ਕਰਦਿਆਂ ਦੀ ਬੜੀ लाडली ਰਹੀ ਹਾਂ ਜੀ ਤੀ ਮੇਰੇ ਬ੍ਰਦਰ ਨੇ ਹਮੇਸ਼ਾ ਹੀ ਮੈਨੂੰ ਇੱਕ ਗੱਲ ਕਹੀ ਕਿ ਜਦੋਂ ਵੀ ਤੈਨੂੰ ਕਦੇ ਲੱਗੀ ਹਨਾ ਕਿਉਂਕਿ ਤੇਰੀ ਫੀਲਡ ਬਿਲਕੁਲ ਅਲੱਗ ਹੈ ਹੂੰ ਕਿਉਂਕਿ ਸਾਡੀ ਕਾਸਟ ਚ ਕਪੂਰ ਖੱਤਰੀ ਕਾਸਟ ਚ ਬਹੁਤ ਘੱਟ ਹੈ ਥੀਏਟਰ ਆਰਟਿਸਟ ਬਹੁਤ ਘੱਟ ਨੇ ਹੂੰ ਮਤਲਬ ਕਹਿ ਲੋ ਕਿ ਨਾਮ ਆਤਰ ਹੀ ਨੇ ਹੂੰ ਉਹਨਾਂ ਨੂੰ ਲੱਗਦਾ ਸੀ ਕਿ ਜੀ ਤਨੂੰ ਤੇਰੀ ਫੀਲਡ ਵਾਲੇ ਲੜਕੇ ਨਾਲ ਹੀ ਤੇਰਾ ਮਤਲਬ ਜਿਹੜੀ ਜ਼ਿੰਦਗੀ ਹੈ ਨਾ ਉਹ ਸਮੂਥ ਚ ਜਾ ਸਕਦੀ ਹੈ। ਹੂੰ। ਕਿ ਜੇਕਰ ਅਸੀਂ ਤੇਰਾ ਕਿਸੇ ਡਾਕਟਰ ਇੰਜੀਨੀਅਰ ਨਾਲ ਤੇਰਾ ਵਿਆਹ ਕਰ ਦਿੰਦੇ ਆ ਨਾ ਤੇ ਉੱਥੇ ਨਹੀਂ ਚੱਲਣਾ ਕਿਉਂਕਿ ਥੀਏਟਰ ਫੀਲਡ ਬਿਲਕੁਲ ਡਿਫਰੈਂਟ ਹੈ। ਥੀਏਟਰ ਵਾਲੇ ਲੋਕ ਹੀ ਬਿਲਕੁਲ ਅਲੱਗ ਨੇ। ਹੂੰ। ਉਹਨਾਂ ਦੀ ਸੋਚ ਲੱਗ ਹੈ। ਹੂੰ। ਤਾਂ ਫਿਰ ਮੈਂ ਸਭ ਤੋਂ ਪਹਿਲੇ ਆਪਣੇ ਬ੍ਰਦਰ ਨੂੰ ਹੀ ਦੱਸਿਆ ਕਿ ਜੇ ਤੁਸੀਂ ਰਿਸ਼ਤਾ ਕਰਨਾ ਤਾਂ ਮੇਰਾ ਤੁਸੀਂ ਕਰ ਸਕਦੇ ਹੋ ਇੱਥੇ ਹੀ ਕਰੋ। ਮੁੰਡਾ ਥੀਏਟਰ ਕਰਦਾ ਹੈ ਹਨਾ ਮੁੰਡਾ ਜੱਟਾਂ ਦਾ ਸੀ ਤੇ ਮੈਂ ਖਤਰੀ ਕਪੂਰ ਹਿੰਦੂ ਫੈਮਲੀ ਹੂੰ ਤੇ ਬਟ ਮੇਰੇ ਘਰਦਿਆਂ ਨੇ ਬੜੀ ਸਪੋਰਟ ਕੀਤੀ ਇਵਨ ਮੇਰੇ ਵਿਆਹ ਦੇ ਕਾਰਡ ਤੇ ਵੀ ਹੂੰ ਪ੍ਰੋਪਰ ਉਹਨਾਂ ਦਾ ਪੁੱਲਰ ਗੋਤ ਲਿਖਵਾਇਆ ਗਿਆ ਸਾਰਾ ਕੁਝ ਕੀਤਾ ਗਿਆ ਹੂੰ ਮੇਰੇ ਘਰਦਿਆਂ ਮੈਨੂੰ ਹਮੇਸ਼ਾ ਹੀ ਮੋਟੀਵੇਟ ਕਰਦੇ ਰਹੇ ਨੇ ਔਰ ਸਪੋਰਟਿਵ ਰਹੇ ਨੇ ਜੀ ਤੁਸੀਂ ਖਾਲਸਾ ਕਾਲਜ ਪਟਿਆਲਾ ਕਦੋਂ ਜੁਆਇਨ ਕੀਤਾ ਫਿਰ ਖਾਲਸਾ ਕਾਲਜ ਪਟਿਆਲਾ ਲਈ ਵੀ ਬਹੁਤ ਲੰਬੀ ਝਰਨੀ ਹੈ ਫਿਰ 2009 ਚ ਵਿਆਹ ਹੋਇਆ ਹੂੰ ਫਿਰ ਮੈਂ 1 ਸਾਲ ਰੇਡੀਓ ਤੇ ਕੰਮ ਕੀਤਾ ਹੂੰ ਪਟਿਆਲਾ ਰੇਡੀਓ ਤੇ ਜੀ ਉਸ ਤੋਂ ਬਾਅਦ ਬੇਬੀ ਹੋਇਆ ਹੂੰ 2014 ਦੇ ਵਿੱਚ ਮੈਂ EPJ ਕਾਲਜ ਆਫ ਫਾਈਨ ਆਰਟਸ ਜਲੰਧਰ ਜੁਆਇਨ ਕੀਤਾ ਐਜ਼ ਅ ਹੈਡ ਜੀ ਉੱਥੇ ਬੀ ਵਾਕ ਥੀਟਰ ਐਂਡ ਸਟੇਜ ਕraft ਪੜਾਇਆ 2 ਸਾਲ ਉੱਥੇ ਜੌਬ ਕੀਤੀ ਉਸ ਤੋਂ ਬਾਅਦ 2016 ਦੇ ਵਿੱਚ ਮੈਨੂੰ BBK D A V ਅੰਮ੍ਰਿਤਸਰ ਜਿੱਥੇ ਮੈਂ ਪੜੀ ਸੀਗੀ ਉੱਥੇ ਹੀ ਜੌਬ ਮਿਲ ਗਈ अच्छा एक साल फिर मैं ਉੱਥੇ ਪੜਾਇਆ ਹੂੰ ਪਹਿਲੇ ਬੇਬੀ ਮੈਂ ਜਦੋਂ ਮੈਂ ਜਲੰਧਰ ਸੀਗੀ ਉਦੋਂ ਮੈਂ ਬੇਬੀ ਨੂੰ ਰੱਖਿਆ ਆਪਣੇ ਸੌਰੀ ਤੂਰੀ ਹੂੰ ਤਾਂ ਓਏ ਇੱਕ ਬੜਾ ਔਖਾ ਪੜਾ ਸੀਗਾ ਜ਼ਿੰਦਗੀ ਦਾ ਹੂੰ ਕਿ ਬੱਚਾ ਉੱਥੇ ਹੈ ਮੈਂ ਜਲੰਧਰਾਂ ਹਸਬੰਡ ਪਟਿਆਲੇ ਨੇ ਹੂੰ ਤਾਂ ਮਤਲਬ ਇੱਕ ਪਿਆਰ ਕਹਿ ਲੋ ਜਲੰਧਰ ਰਹਿੰਦਾ ਹੀ ਤਾਂ ਇੱਕ ਉਰੀ ਰਹਿੰਦਾ ਸੀ ਹਮੇਸ਼ਾ ਬੈਗ ਜਿਹੜਾ ਸੀ ਨਾ ਉਹ ਕਾਲਜ ਦੇ 게ਟ ਤੇ ਹੀ ਰਹਿੰਦਾ ਸੀ ਕਿ ਬੱਚਾ ਛੋਟਾ ਸੀ 2 ਸਾਲ ਦਾ ਸੀ ਤਾਂ ਉਹ ਮਾਂ ਦੀ ਮਮਤਾ ਸੀ ਜਿਹੜੀ ਉਹ ਮਤਲਬ ਬਾਰ ਬਾਰ ਖਿੱਚ ਉਧਰ ਨੂੰ ਸੀਗੀ ਫਿਰ ਉਹਦਾ ਇੱਕ ਸੌਟ ਆਊਟ ਲੱਭਿਆ ਤੇ ਬੀਬੀ ਕੇ ਡੀਏ ਵੀ ਮੈਨੂੰ ਮਿਲ ਗਈ ਜੌਬ ਉੱਥੇ ਪੇਕੇ ਸੀਗੇ ਤਾਂ ਮੈਂ ਬੇਬੀ ਨੂੰ ਉੱਥੇ ਨਾਲ ਲੈ ਗਈ ਹੂੰ ਉੱਥੇ ਸਾਲ ਲਗਾਇਆ 2017 ਦੇ ਵਿੱਚ ਮੈਂ ਐਜ਼ ਅ ਹਡੌਗ ਕਾਂਸਾ ਕਾਲਜ ਪਟਿਆਲਾ ਜੁਆਇਨ ਕੀਤਾ ਤਾਂ ਇਸ ਕਾਲਜ ਚ ਆਉਣ ਨਾਲ ਮੈਨੂੰ ਇਹ ਹੋਇਆ ਕਿ ਮਤਲਬ ਮੇਰੀ ਫੈਮਲੀ ਜਿਹੜੀ ਸੀ ਨਾ ਉਹ ਇਕੱਠੀ ਹੋ ਗਈ। ਬਿਲਕੁਲ ਬੜਾ ਵਧੀਆ ਐਕਸਪੀਰੀਅੰਸ ਜ਼ਿੰਦਗੀ ਚ ਲੱਗਾ ਕਿ ਹੁਣ ਮਤਲਬ ਜ਼ਿੰਦਗੀ ਚ ਜਿਹੜੀ ਸਟਰਗਲ ਸੀ ਨਾ ਉਹ ਸ਼ਾਇਦ ਥਮ ਗਿਆ ਚੱਲ ਰਿਹਾ ਸੀ ਹੁਣ ਉਹ ਸਟੇਬਲ ਹੋ ਗਈ। ਸਟੇਬਲ ਹੋ ਗਈ। ਹੂੰ ਤੇ 2017 ਦੇ ਵਿੱਚ ਨਵੰਬਰ ਚ ਫੇਰ ਇੱਥੇ ਹੀ ਮੈਂ ਐਜ਼ ਅ ਰੈਗੂਲਰ ਹੋ ਗਈ। ਡੀਪੀਆਈ ਦੀ ਪੋਸਟ ਤੇ ジャーニー बड़ी वधिया चल रही थी हना सारो कुछ स्मूथ सी दी जिंदगी स्टेबल हो गई थी फैमिली इकट्ठी हो गई थी हम्म 2020 ਦੇ ਵਿੱਚ ਮੈਨੂੰ ਪ੍ਰੋਬਲਮ ਆ ਗਈ ਹਮ ਸੇਫ ਰਿਗਾਰਡਿੰਗ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿਉਂਕਿ ਤੁਹਾਡੀ ਬਿਲਕੁਲ ਆਮ ਜ਼ਿੰਦਗੀ ਚੱਲ ਰਹੀ ਸੀ ਤਨ ਕੋਈ ਤਕਲੀਫ ਨਹੀਂ ਸੀ ਨਹੀਂ ਕੋਈ ਤਕਲੀਫ ਨਹੀਂ ਸੀ ਬਿਲਕੁਲ ਠੀਕ ਸੀ ਇੱਕ ਦਿਨ ਮੇਰੀ ਅਚਾਨਕ ਕਾਲਜ ਆਂਦੇ ਆਂਦੇ ਹੀ ਐਕਟਿਵ ਐਟ ਟਵਿਸਟ ਕੀਤੀ ਜਦੋਂ ਐਕਟਿਵ ਐਟ ਟਵਿਸਟ ਕੀਤੀ ਤਾਂ ਬਾਹਾਂ ਚ ਥੋੜੀ ਜੀ ਸਵੇਲਿੰਗ ਆ ਗਈ ਜਦੋਂ ਸਵੇਲਿੰਗ ਆਈ ਤਾਂ ਮੈਨੂੰ ਲੱਗਾ ਕਿ ਵੈਸੀ ਹੀ ਹੈ ਕੁਛ ਹੈ ਨਾ ਕਈ ਵਾਰੀ ਹੋ ਜਾਂਦਾ ਹੈ ਕਿ ਕੋਈ ਮਸਲ ਪੁੱਲ ਹੋ ਗਿਆ ਜਾਂ ਇਦਾਂ ਦਾ ਕੁਝ ਤਾਂ ਉਦੋਂ ਹੀ ਐਕਚੁਅਲੀ ਕੋਵਿਡ ਦਾ ਪੀਰੀਅਡ ਸਟਾਰਟ ਹੋ ਗਿਆ 18 ਮਾਰਚ ਨੂੰ ਕਾਲਜ ਬੰਦ ਹੋ ਗਏ ਤੇ 20 ਤਰੀਕ ਨੂੰ ਇਹ ਸਮੱਸਿਆ ਥੋੜੀ ਜ਼ਿਆਦਾ ਹੋ ਗਈ ਤਾਂ 22 ਕੀ ਕੀ ਪਾਈ ਨੂੰ ਬਸ ਅਸੀਂ ਦਿਖਾਨ ਚਲੇ ਗਏ ਡਾਕਟਰ ਕੋਲ ਡਾਕਟਰ ਨੇ ਕਿਹਾ ਕਿ ਸ਼ਾਇਦ ਥੋੜੀ ਛੋਟੀ ਜੀ ਕੋਈ ਗਲਟੀ ਹੋਏਗੀ ਤਾਂ ਅਸੀਂ ਆਪਰੇਟ ਕਰ ਦਵਾਂਗੇ ਤੁਹਾਨੂੰ 3 ਦਿਨ ਦੀ ਮੈਡੀਸਨ ਦੇ ਦਿੰਨੇ ਆ ਕਿਉਂਕਿ ਕੋਵਿਡ ਕਰਕੇ ਕਾਫੀ ਪ੍ਰੋਬਲਮਸ ਸੀਗੀਆਂ ਹਸਪੀਟਲਸ 'ਚ ਵੀ ਹਨਾ ਜੀ ਬੀ ਉਹ ਪੇਸ਼ੈਂਟਸ ਨੂੰ ਚੰਗੀ ਤਰ੍ਹਾਂ ਨਹੀਂ ਸੀ ਚੈੱਕ ਕਰਦੇ ਕਾਫੀ ਲਾਈਨਾਂ ਲੱਗੀਆਂ ਹੁੰਦੀਆਂ ਸੀ ਮਾਸਕ ਬਿਲਕੁਲ 2021 ਮਾਰਚ ਨੂੰ ਹੀ ਸਾਰਾ ਦੇਸ਼ ਵੀ ਬੰਦ ਹੋ ਗਿਆ ਸੀ ਬਿਲਕੁਲ 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 ਤੇ ਫਿਰ ਮੈਨੂੰ 28 ਇਹਨਾਂ ਨੇ ਮਾਰਚ ਨੂੰ ਬੁਲਾਇਆ ਆਪਰੇਟ ਲਈ ਜਦੋਂ ਆਪਰੇਟਲੀ ਬੁਲਾਇਆ ਤਾਂ ਡਾਕਟਰ ਸਾਹਿਬ ਕਹਿੰਦੇ ਕਿ ਨਹੀਂ ਇਹ ਤਾਂ ਕੁਝ ਹੋਰ ਹੈ ਕਿ ਤੁਸੀਂ ਦੁਬਾਰਾ ਮਤਲਬ ਚੈੱਕ ਅਪ ਕਰਵਾ ਕੇ ਆਓ ਦੁਬਾਰਾ ਟੈਸਟ ਕਰਵਾਓ ਫਿਰ ਅਸੀਂ 28 ਨੂੰ ਮਤਲਬ ਦੁਬਾਰਾ ਆਏ ਚੈੱਕ ਅਪ ਲਈ ਅੱਧਰੀ ਮਤਲਬ ਦੁਬਾਰਾ ਟੈਸਟ ਕਰਵਾਉਣ ਲਈ ਡੈਲਟਾ ਜਦੋਂ ਤੁਮ ਪਤਾ ਲੱਗਾ ਮਤਲਬ ਉਹਨਾਂ ਨੇ ਰਿਪੋਰਟ ਦੇ ਦਿੱਤੀ ਪਰ ਇੱਥੇ ਦੱਸਿਆ ਨਹੀਂ ਜਦੋਂ ਅਸੀਂ ਦੁਬਾਰਾ ਵਰਦਮਾਨ ਵਾਪਿਸ ਗਏ ਤੇ ਉਹਨਾਂ ਨੇ ਮਤਲਬ ਦੱਸਿਆ ਕਿ ਇਹ ਚੀਜ਼ ਹੈ ਹਨਾ ਡਾਇਗਨੋਸ ਹੋਇਆ ਕਿ ਕੈਂਸਰ ਹੈ ਮਤਲਬ ਇੱਕ ਪਲ ਤਾਂ ਬਿਲਕੁਲ ਜਿਵੇਂ ਜ਼ਿੰਦਗੀ ਰੁਕ ਗਈ ਹੁੰਦੀ ਹੈ ਸਾਰੀ ਦੁਨੀਆ ਚੱਲ ਰਹੀ ਸੀ ਮੈਂ ਹਸਪੀਟਲ ਦੇ ਬਾਹਰ ਖੜੀ ਸੀ ਤਾਂ ਇੰਜ ਮਹਿਸੂਸ ਹੋ ਰਿਹਾ ਸੀ ਕਿ ਮਤਲਬ ਮੇਰੇ ਲਈ ਸਭ ਕੁਝ ਰੁਕ ਗਿਆ ਮਤਲਬ ਜ਼ਿੰਦਗੀ ਜਿਵੇਂ ਇੱਕਦਮ ਫਿਰ ਆਪਣੇ ਆਪ ਨੂੰ ਸੰਭਾਲ ਲਿਆ ਹਸਬੰਡ ਵੀ ਰੋਣ ਲੱਗ ਪਏ ਨਾ ਮੈਂ ਵੀ ਕਿ ਕਿ ਬੱਚਾ ਬਹੁਤ ਛੋਟਾ ਬੱਚਾ ਛੋਟਾ ਸੀ ਸਭ ਤੋਂ ਵੱਧ ਮਤਲਬ ਜੋ ਸੀਗਾ ਨਾ ਉਹ ਬੱਚੇ ਨੂੰ ਲੈ ਕੇ ਸੀ ਕਿਉਂਕਿ ਇੱਕ ਮਾਂ ਹੋਣ ਨਾ ਤੇ ਸ਼ਾਇਦ ਮੈਂ ਉਹ ਭਾਵਨਾ ਵਾਪਸ ਉਹ ਤਾਂ ਸਿਰਫ ਜੋ ਮੈਨੂੰ ਮੈਨੂੰ ਜੋ ਅੱਖਾਂ ਦੇ ਸਾਹਮਣੇ ਜੋ ਦਿਖਾਈ ਦੇ ਰਿਹਾ ਸੀ ਨਾ ਉਹ ਮੇਰਾ ਬੱਚਾ ਹੀ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਨਾ ਤਾਂ ਮੇਰਾ ਬੱਚਾ ਨਾ ਰੋਲ ਜੇ ਕਿਤੇ ਕਿਉਂਕਿ ਜੋ ਮਾਂ ਹੈ ਨਾ ਉਹ ਮਾਂ ਹੀ ਹੈ ਕਹਿੰਦੇ ਮੈਂ ਕਿ ਕੁੜੀ ਸੀ ਚਾਹੇ ਲੱਖੀ ਤੋਂ ਵੀ ਡਰਦੀ ਸੀ ਮੈਂ ਹੁਣ ਮਾਂ ਬਣ ਗਈ ਤਾਂ ਸੱਪ ਵੀ ਮਾਰ ਦਿੰਦੀ ਹਾਂ ਬਿਲਕੁਲ ਚਾਹੇ ਲੱਖ ਮਤਲਬ ਰਿਸ਼ਤੇ ਨੇ ਹਨਾ ਨਾ ਹਨਕੇ ਦਾਦਕੇ ਸਭ ਪਰ ਜੋ ਮਾਂ ਦਾ ਪਿਆਰ ਹੈ ਉਹ ਮਾਂ ਦਾ ਹੀ ਹੈ ਤਾਂ ਫਿਰ ਡਾਕਟਰ ਨੇ ਕਿਹਾ ਕਿ ਮਤਲਬ ਗਰੋ 스ਪੀਡ ਜਿਹੜੀ ਉਹਦੀ ਜ਼ਿਆਦਾ ਹੈ ਤਾਂ ਤੁਸੀਂ ਮਤਲਬ ਮੈਨੂੰ ਇਮੀਡੀਏਟ ઓਪਰੇਟ ਕਰਵਾਓ ਡਿਸੀਜਨ ਲਿੱਤਾ ਦੱਸਾਂ ਮਿੰਟਾਂ ਚ ਫਿਰ ਅਸੀਂ ਐਡਮਿਟ ਹੋ ਗਏ 28 ਨੂੰ ਹੀ ਮੈਂ ਐਡਮਿਟ ਹੋ ਗਈ 29 ਤਰੀਕ ਨੂੰ ਮੇਰਾ ઓਪਰੇਟ ਹੋ ਗਿਆ ਤੁਹਾਨੂੰ 28 ਨੂੰ ਹੀ ਪਤਾ ਚੱਲਿਆ ਕਿ ਤੁਹਾਨੂੰ ਕੈਂਸਰ ਹੈ ਤੇ ਤੁਸੀਂ ਉਦੋਂ ਹੀ ਫੈਸਲਾ ਲੈ ਲਿਆ ਉਦੋਂ ਹੀ ਫੈਸਲਾ ਲੈ ਲਿਆ ਕਿਉਂਕਿ ਕੋਵਿਡ ਦਾ ਟਾਈਮ ਸੀਗਾ ਕਿਤੇ ਹੋਰ ਜ਼ਿਆਦਾ ਸਲਾਹਾਂ ਅਸੀਂ ਕਰਨੀ ਸੀ ਸਕਦੇ ਨਾ ਹੀ ਕਿਤੇ ਜ਼ਿਆਦਾ ਮੂਵ ਕਰ ਸਕਦੇ ਸੀ ਜੋ ਐਟ ਪ੍ਰੈਜ਼ੈਂਟ ਸਾਨੂੰ ਜੋ ਲੱਗਾ ਕਿ ਇਹ ਡਿਸੀਜਨ ਸਹੀ ਹੈ ਹਨਾ ਮਤਲਬ ਪੇਕਿਆਂ ਨੂੰ ਫੋਨ ਕੀਤਾ ਸਾਰੇ ਫੋਨ ਕੀਤੇ ਫਟਾਫਟ ਡਿਸੀਜਨ ਲਿੱਤਾ ਕਿ ਠੀਕ ਹੈ ਨਾ ਜੀ ਮਤਲਬ ਐਡਮਿਟ ਹੋ ਜਾਈਏ ਨਾ ਫਿਰ ਉੱਥੇ ਆਪਰੇਟ ਹੋਇਆ ਉਸ ਦੌਰਾਨ ਮਤਲਬ ਬਹੁਤ ਲੋਕਾਂ ਨੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੂੰ ਮਤਲਬ ਮੈਂ ਜ਼ਿੰਦਗੀ 'ਚ ਕਦੇ ਭੁਲਾ ਨਹੀਂ ਸਕਦੀ ਬਿੰਨੂ ਢਿੱਲੋਂ ਜੀ ਫਿਲਮਾਂ ਦੀ ਬਹੁਤ ਵੱਡੀ ਪਰਸਨੈਲਿਟੀ ਮੁ Khud ਹਸਪੀਟਲ ਆਏ ਉਹਨਾਂ ਨੇ ਕਿਹਾ ਕਿ ਮੇਰੀ ਭੈਣ ਦਾ ਮਤਲਬ ઓਪਰੇਟ ਹੈ ਤਾਂ Khud ਹਸਪੀਟਲ ਦੇ ਜਿਹੜੇ ਮਾਲਕ ਨੇ ਸੌਰਵ ਜੈਨ ਉਹਨਾਂ ਨੂੰ ਮਿਲੇ ਉਹਨਾਂ ਨੂੰ ਕਿਹਾ ਕਿ ਮਤਲਬ ਕੋਈ ਵੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਹਮ ਅ ਸਾਡੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਤਰਮਿੰਦਰ ਸਿੰਘ ਉੱਬਾ ਜਿਸ ਦਿਨ ਮੈਂ ਉਹਨਾਂ ਨੂੰ ਫੋਨ ਕੀਤਾ ਸਵੇਰੇ ਮਾਰਨਿੰਗ 29 ਦੀ ਸਵੇਰ ਉਹਨਾਂ ਨੇ ਮੈਨੂੰ ਕੋਈ ਗੱਲ ਕਹੀ ਕਿ ਬੇਟਾ ਚੜ੍ਹਦੀ ਕਲਾ ਚ ਰਹਿਣਾ ਤਾਂ ਉਹ ਜਿਹੜੀ ਸ਼ਬਦ ਸੀ ਨਾ ਉਹ ਮੇਰੇ ਕੰਨਾਂ 'ਚ ਗੂੰਜਦੇ ਰਹੇ ਇੱਕ ਤਰ੍ਹਾਂ ਦੇ ਮਤਲਬ ਆਪਰੇਟ ਆਪਰੇਸ਼ਨ ਥੀਏਟਰ ਦੇ ਬਾਹਰ ਵੀ ਔਰ ਜਦੋਂ ਆਪਰੇਸ਼ਨ ਵੀ ਹੋ ਗਿਆ ਉਹ ਚੜ੍ਹਦੀ ਕਲਾ ਵਾਲੀ ਜਿਹੜੀ ਗੱਲ ਸੀ ਨਾ ਉਹ ਮੇਰੇ ਕੰਨਾਂ 'ਚ ਹਮੇਸ਼ਾ ਗੂੰਜਦੀ ਰਹੀ ਕਿ ਕਿ ਘਰ ਪਰਿਵਾਰ ਨੇ ਸਾਡਾ ਸਾਥ ਦੇਣਾ ਹੁੰਦਾ ਹੈ ਨਾ ਅਸੀਂ ਉਹਨਾਂ ਕੁ ਸੋਚ ਕੇ ਚੱਲਦੇ ਹਾਂ ਕਿ ਸਾਡੀ ਫੈਮਲੀ ਸਾਨੂੰ ਸਪੋਰਟ ਕਰੇਗੀ ਪਰ ਜੇ ਕੰਮਕਾਜੀ ਥਾਵਾਂ ਤੋਂ ਵੀ ਤੁਹਾਨੂੰ ਜਿਹੜਾ ਹੈ ਉਹ ਹਾਂ ਪੱਖੀ ਵੰਘਾਰਾ ਮਿਲਦਾ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਸੋਨੇ ਤੇ ਸੁਹਾਗੇ ਔਰ ਇਹ ਚੀਜ਼ ਮੇਰੇ ਨਾਲ ਹੋਈ ਮੈਨੂੰ ਬਹੁਤ ਸਪੋਰਟ ਕੀਤਾ ਮੇਰੇ ਇੰਸਟੀਚਿਊਟ ਨੇ ਬਹੁਤ ਸਪੋਰਟ ਕੀਤਾ ਪ੍ਰਿੰਸੀਪਲ ਸਰ ਨੇ ਮੈਡਮ ਡਾਕਟਰ ਜਸਲੀਨ ਕੋ ਔਰ ਵਾਈਸ ਪ੍ਰਿੰਸੀਪਲ ਮੈਮ ਸੰਦੀਪ ਚੈਲ ਮੈਮ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਮਤਲਬ ਮੈਨੂੰ ਮੋਟੀਵੇਟ ਵੀ ਕੀਤਾ ਸਪੋਰਟ ਵੀ ਕੀਤੀ ਹਮੇਸ਼ਾ ਮੇਰੇ ਨਾਲ ਰਹੇ ਹਮ ਸਮੇ ਸਮੇ ਤੇ ਫੋਨ ਕਰਕੇ ਮੈਨੂੰ ਉਹਨਾਂ ਨੇ ਹਮੇਸ਼ਾ ਕਹਿਣਾ ਕਿ ਤੂੰ ਬਿਲਕੁਲ ਤੰਦਰੁਸਤ ਹੋ ਜਾਏਂਗੀ ਕੋਈ ਚੱਕਰ ਨਹੀਂ ਹਮ ਔਰ ਮਤਲਬ ਜਿਵੇਂ ਕਹਾਂ ਕਿ ਇਸ ਤਰ੍ਹਾਂ ਹੀ ਜਰਨੀ ਜਿਹੜੀ ਮੇਰੀ ਫਿਰ ਮੇਰਾ ਆਪਰੇਟ ਤੋਂ ਬਾਅਦ 1 ਮਹੀਨੇ ਬਾਅਦ ਮੇਰੇ ਕੀਮੋਸ ਸਟਾਰਟ ਹੋ ਗਈਆਂ ਹਮ 8 ਕੀਮੋ ਲੱਗਦੀਆਂ ਸੀਗੀਆਂ ਤੇ 14 ਦਿਨਾਂ ਦੇ ਬਾਅਦ ਕੀਮੂ ਲਗਦੀ ਸੀਗੀ 8 ਟੋਟਲ ਲਗਣੀਆਂ ਸੀਗੀਆਂ ਤੁਸੀਂ ਤੇ ਜਦੋਂ ਤੱਕ ਸੁਰਤ ਸੰਭਲਦੀ ਸੀ 10 ਦਿਨਾਂ ਚ ਸੁਰਤ ਸੰਭਲਦੀ ਸੀ ਅਗਲੀ ਕੀਮੂ ਅਗਲੀ ਕੀਮੂ ਦੀ ਵਾਰੀ ਆ ਜਾਂਦੀ ਸੀ ਮਤਲਬ ਪਹਿਲੀਆਂ 4 ਕੀਮੂ ਚਲਣੀਆਂ ਬਹੁਤ ਹੀ ਔਖੀਆਂ ਸੀਗੀਆਂ ਮਤਲਬ ਕੀਮੂ ਲਵਾ ਕੇ ਆਉਂਦੇ ਸੀਗੇ ਤਾਂ ਉਹਦੇ ਲਈ ਵੀ ਬੜੀ ਸਟਰਗਲ ਕਰਨੀ ਪਈ ਹਾਸਪੀਟਲ ਚੰਡੀਗੜ੍ਹ 32 ਸੈਕਟਰ ਚ ਉੱਥੇ ਮੇਰੀ ਕੀਮੂ ਲਗਦੀ ਸੀਗੀ ਤਾਂ ਕੋਵਿਡ ਕਰਕੇ ਪਹਿਲੇ ਪਰਮਿਸ਼ਨ ਲੈਣੀ ਪੈਂਦੀ ਸੀਗੀ ਆਉਣ ਜਾਣ ਲਈ ਆਉਣ ਜਾਣ ਲਈ ਤੇ ਉਹ ਪਰਮਿਸ਼ਨ ਪਹਿਲੇ ਲਈ ਜਾਂਦੀ ਫਿਰ ਉੱਥੇ ਜਾਂਦੇ ਫਿਰ ਉੱਥੇ ਮਤਲਬ ਕੀ ਮੋ ਲੱਗਦੀ ਬਟ ਏਸੀ ਕਿ ਮਤਲਬ ਬਿਕ ਸੌਰੀਆਂ ਦੀ سپورਟ ਰਹੀ ਪੇਕਿਆਂ ਦੀ سپورਟ ਰਹੀ ਆਲੇ ਦੁਆਲੇ ਵਾਲਿਆਂ ਦੀ ਇੰਸਟੀਚਿਊਟ ਵਾਲਿਆਂ ਦੀ ਤਾਂ ਹਿੰਮਤ ਨਹੀਂ ਹਾਰੀ ਮੈਂ ਇੱਕ ਵਾਰ ਦੀ ਹੈ ਕਿ ਕੋਈ ਜ਼ਰੂਰੀ ਮੀਟਿੰਗ ਸੀਗੀ ਕਾਲਜ ਦੀ ਉਹ ਸਾਰਿਆਂ ਨੇ ਆਨਲਾਈਨ اٹینڈ ਕਰਨੀ ਜ਼ਰੂਰੀ ਸੀ ਤਾਂ ਮੇਰੀ ਕੀਮੋਂ ਲੱਗ ਰਹੀ ਸੀ ਤਾਂ ਇੱਕ ਵਾਰੀ ਮੈਨੂੰ ਹਸਬੰਦ ਨੇ ਕਿਹਾ ਕਿ ਰਹਿਣ ਦੇ ਤੂੰ ਨਾ ਕਰ ਜੁਆਇਨ ਵੀ ਤੇਰੀ ਕੀਮੋਂ ਲੱਗ ਰਹੀ ਹੈ ਤਾਂ ਮੈਂ ਕਿਹਾ ਨਹੀਂ ਵੀ ਜੋ ਮੇਰਾ ਕੰਮ ਹੈ ਨਾ ਉਹ ਮੈਂ ਕਰਨਾ ਹੀ ਕਰਨਾ ਮੈਂ ਮਤਲਬ ਜੁਆਇਨ ਕਰਨਾ ਹੀ ਕਰਨਾ ਹੈ ਕੀਮੋਂ ਚੱਲਦੀ ਰਹੀ ਮੈਂ ਆਪਣੇ ਜੁਆਇਨ ਕੀਤਾ ਹੋ ਪ੍ਰੋਗਰਾਮ ਪੂਰਾ ਦੇਖਿਆ ਆਪਣੀ ਅਟੈਂਡੈਂਸ ਲਵਾਈ ਕਿਉਂਕਿ ਜਿਹੜੀ ਕੰਮ ਪ੍ਰਤੀ ਵਫਾਦਾਰੀ ਹੈ ਨਾ ਰਣਦੀਪ ਉਹ ਸ਼ੁਰੂ ਤੋਂ ਹੀ ਹੈ ਮੈਂ ਆਪਣੇ ਫਾਦਰ ਸਾਹਿਬ ਨੂੰ ਦੇਖਿਆ ਉਹ ਆਪਣੇ ਕੰਮ ਪ੍ਰਤੀ ਬਹੁਤ ਵਫਾਦਾਰ ਸੀਗੇ ਮੇਰੇ ਮਮਾ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਉਹ ਉਹਨਾਂ ਦੀ ਮਿਹਨਤ ਪਾਪਾ ਦੀ ਮਿਹਨਤ ਉਹ ਦੇਖੀ ਹੋਈ ਸੀ ਤਾਂ ਉਹ ਕਿਤੇ ਨਾ ਕਿਤੇ ਆਪਣੇ ਅੰਦਰ ਉਹ ਚੀਜ਼ ਸੀਗੀ ਤਾਂ ਸ਼ੁਰੂ ਤੋਂ ਹੀ ਮਿਹਨਤੀ ਰਹੇ ਆ ਸੰਘਰਸ਼ ਮਈ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਇਹੀ ਚੀਜ਼ ਮੈਨੂੰ ਬਚਾ ਕੇ ਰੱਖੀ ਹੈ ਕਿਉਂਕਿ ਇਸੇ ਚੀਜ਼ ਨੇ ਬਿਲਕੁਲ ਜਿਹੜੇ ਕਲਾਕਾਰ ਹੁੰਦੇ ਕਹਿੰਦੇ ਆਪਣੀ ਕਲਾ ਰਾਹੀਂ ਨਾ ਉਹ ਆਪਣੀ ਜ਼ਿੰਦਗੀ ਦੇ ਦੁੱਖ ਦਰਦ ਸਾਰੇ ਬਾਹਰ ਕੱਢ ਦਿੰਦੇ ਆ ਤੁਸੀਂ ਕਿਹਾ ਸੀ ਕਿ ਰੰਗ ਮੰਚ ਨੇ ਤੁਹਾਡੀ ਬਹੁਤ ਮਦਦ ਕੀਤੀ ਕਿਉਂਕਿ ਰੰਗ ਮੰਚ ਨੇ ਹੀ ਮੈਨੂੰ ਇਹ ਹਿੰਮਤ ਦਿੱਤੀ ਹੋਈ ਹੈ ਹਮ ਰੰਗ ਮੰਚ ਨੇ ਹੀ ਸਿਖਾਇਆ ਕਿ ਕਿਵੇਂ ਤੁਸੀਂ ਮਿਹਨਤ ਕਰਨੀ ਹੈ ਕਿਵੇਂ ਤੁਸੀਂ ਆਪਣੇ ਟਾਈਮ ਨੂੰ ਮੈਨੇਜ ਕਰਨਾ ਹੈ ਰੰਗਮੰਚ ਨੇ ਹੀ ਇਹ ਚੀਜ਼ਾਂ ਸਾਡੇ 'ਚ ਪੈਦਾ ਕੀਤੀਆਂ। ਔਰ ਮੈਨੂੰ ਬਿਲਕੁਲ ਇਹ ਚੀਜ਼ ਲੱਗਦੀ ਹੈ ਕਿ ਜੇ ਮੈਂ ਅੱਜ ਬੈਠੀ ਆਂ ਸਹੀ ਜ਼ਲਾਮਤ ਤਾਂ ਉਸ ਵਿੱਚ ਸਮਾਜ ਆਲਾ ਦਵਾਲਾ ਸਾਰੇ ਪੇਕੇ ਹਸਬੰਡ ਮੇਰਾ profession ਜਦੋਂ ਮੇਰੀ ਕਿਮੋ ਚੱਲਦੀ ਸੀਗੀ ਮੇਰੇ ਰੇਡੀਏਸ਼ਨ ਹੋਈਆਂ 10 ਰਜਿੰਦਰਾ ਹਸਪੀਟਲ 'ਚੋਂ ਤਾਂ ਉਦੋਂ ਵੀ ਮੈਂ ਆਨਲਾਈਨ ਕਲਾਸਿਸ ਆਪਣੀਆਂ ਲੈਂਦੀ ਸੀਗੀ ਮੈਂ ਮਤਲਬ ਆਪਣਾ ਕੰਮ ਨਹੀਂ ਛੱਡਿਆ ਔਰ ਮੈਨੂੰ ਲੱਗਦਾ ਕਿ ਜਿਹੜਾ ਇਨਸਾਨ ਕੋਈ ਵੀ ਵੱਡੀ ਤੋਂ ਵੱਡੀ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਨਾ ਜੇ ਤੁਸੀਂ ਆਪਣੇ ਕੰਮ ਨਾਲ ਜੁੜੇ ਰਹਿੰਦੇ ਹੋ ਰੁੱਝੇ ਰਹਿੰਦੇ ਹੋ ਕਹਿੰਦੇ ਨਾ ਆਪਣੇ ਆਪ ਨੂੰ ਬਿਜ਼ੀ ਰੱਖੋ ਤੁਸੀਂ ਉਹ ਸਾਰੀਆਂ ਪ੍ਰੋਬਲਮਸ ਤੋਂ ਨਿਕਲ ਜਾਓਗੇ ਜੋ ਵੀ ਤੁਹਾਨੂੰ ਹੈਗੀਆਂ ਤਾਂ ਬਿਜ਼ੀ ਰਹਿਣਾ ਬੜਾ ਜ਼ਰੂਰੀ ਹੈ ਆਪਣੇ ਕੰਮ ਪ੍ਰਤੀ ਵਫਾਦਾਰੀ ਹੋਣੀ ਬੜੀ ਜ਼ਰੂਰੀ ਹੈ ਹੂੰ ਕਿਉਂਕਿ ਉਂਝ ਵੀ ਜਦੋਂ ਅਸੀਂ ਜੇ ਅਸੀਂ ਖਾਲੀ ਬੈਠੇ ਹੁੰਨੇ ਆ ਨਾ ਸਾਨੂੰ ਨਕਾਰਾਤਮਕ ਸੋਚਾਂ ਜ਼ਿਆਦਾ ਘੇਰਦੀਆਂ ਨੇ 네ਗੇਟਿਵਿਟੀ ਸਾਡੇਪਰ ਜ਼ਿਆਦਾ ਆਉਂਦੀ ਹੈ ਕਿਉਂਕਿ ਕਹਿੰਦੇ ਨੇ ਕਿ ਵੇਲਾ ਦਿਮਾਗ ਸ਼ੈਤਾਨ ਦਾ ਹੁੰਦਾ ਹੈ ਨਾ ਉਹਨੇ ਕੋਈ ਚੰਗਾ ਤਾਂ ਸੋਚਣਾ ਨਹੀਂ ਹੁੰਦਾ ਤੇ ਜਿਹੜਾ ਜੇ ਇਹ ਹੋ ਗਿਆ ਜੇ ਜਿਹੜੀ ਇਹ ਜੇ ਹੈ ਨਾ ਉਹ ਜਿਵੇਂ ਘਰ ਦੇ ਕਹਿੰਦੇ ਹੁੰਦੇ ਸੀ ਕਿ ਜਿਹੜੀ ਜੇ ਤਾਂ ਹਮੇਸ਼ਾ ਕੁਵਾਰੀ ਹੈ ਉਹਨੂੰ ਕਦੇ ਕਿਸੇ ਨੇ ਵਿਆਇਆ ਨਹੀਂ ਬਿਲਕੁਲ ਬਿਲਕੁਲ ਤੇ ਜੇ ਜੇਹੀ ਹੁੰਦੀ ਹੈ ਇਹ ਜਿਹੜੀ ਹੈ ਇਹਨੂੰ ਤਾਂ ਕਰ ਹੀ ਲਓ ਤੁਸੀਂ ਜ਼ਿੰਦਗੀ 'ਚ ਜੇ ਕਰਨ ਨਾਲੋਂ ਨਾ ਆਕਾਸ਼ ਕਹਿਣ ਨਾਲੋਂ ਤੁਸੀਂ ਕੰਮ ਕਰ ਲਓ ਕੰਮ ਕਰ ਲਓ ਕਦੇ ਵੀ ਅੱਜ ਦਾ ਕੰਮ ਨਾ ਅੱਗੇ ਨਾ ਪਾਓ ਜਿਹੜਾ ਕੰਮ ਤੁਹਾਨੂੰ ਜਦੋਂ ਮਿਲ ਗਿਆ ਤੁਸੀਂ ਉਹਨੂੰ ਉਦੋਂ ਹੀ ਖਤਮ ਕਰੋ ਇਹ ਇੱਕ ਬਹੁਤ ਵੱਡੀ ਕਹ ਲੋ ਕਿ ਅ ਅੱਗੇ ਵਧਣ ਦੀ ਤਰੱਕੀ ਕਰਨ ਦੀ ਇੱਕ ਗੁਰ ਹੈ ਕਿ ਜਿਹੜਾ ਕੰਮ ਤੁਹਾਨੂੰ ਜਦੋਂ ਮਿਲ ਗਿਆ ਨਾ ਉਹਨੂੰ ਨੇਪਰੇ ਚਾੜ੍ਹ ਦਿਓ ਜਿਹੜੇ ਲੋਕੀ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਉਸ ਸਮੇਂ ਦੇ ਦੌਰਾਨ ਇਹ ਦੇਖਿਆ ਉਹ ਜਾਣਦੇ ਵੀ ਨੇ ਕਿ ਤੁਸੀਂ ਖੁਦ ਵੀ ਇਹ ਗੱਲ ਕਹਿੰਦੇ ਹੋ ਕਿ ਸੱਚਮੁੱਚ ਜੀਵਨ ਸਾਥੀ ਦੀ ਪਰਿਭਾਸ਼ਾ ਕੀ ਹੁੰਦੀ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਔਖੇ ਵੇਲੇ ਦੇ ਵਿੱਚ ਦੇਖਿਆ ਬਿਲਕੁਲ ਮੇਰੀ ਸਭ ਤੋਂ ਵੱਧ ਜਿਹੜੇ ਮੇਰਾ ਸਾਥ ਦਿੱਤਾ ਉਸ ਕੜੀ ਉਸ ਵੇਲੇ ਔਖੀ ਵੇਲੇ ਔਖੇ ਵੇਲੇ ਚ ਉਹ ਮੇਰੇ ਹਸਬੰਦ ਜੱਗੀ ਤੂਰੀ ਜਿਹੜੇ ਮਤਲਬ میرکل શબ્દ نہیں ਆਉਣ ਲਈ ਹਮ ਇਸ ਤਰ੍ਹਾਂ ਖਾਲੀ ਸੜਕਾਂ ਹੁੰਦੀਆਂ ਸੀਗੀਆਂ ਪਰਮਿਸ਼ਨ ਲਿੱਤੀ ਹੁੰਦੀ ਸੀ ਕਦੇ ਉਹ ਮੈਨੂੰ ਕੀਮੋ ਲਈ ਲੈ ਕੇ ਜਾ ਰਹੇ ਨੇ ਕਦੇ ਕਿਤੇ ਲੈ ਕੇ ਜਾ ਰਹੇ ਨੇ ਕਦੇ ਮੇਰੀ ਰੇਡੀਏਸ਼ਨ ਹੋ ਰਹੀ ਹੈ ਔਰ ਪਤਾ ਨਹੀਂ ਉਹਨਾਂ ਨੇ ਕਿੰਨੇ ਵੈਦਾਂ ਕੋਲੋਂ ਕਿੰਨੇ ਆਯੁਰਵੈਦਿਕ ਕੋਲੋਂ ਕਿਨੂੰ ਕੀ ਖਵਾਵਾ ਕਿ ਕਿਸ ਤਰ੍ਹਾਂ ਇਹ ਠੀਕ ਹੋ ਜਾਏ ਹਮ ਕਦੇ ਉਹਨਾਂ ਨੇ ਐਲੋਵਿਰਾ ਲੈ ਤੂੰ ਤੂੰ ਆ ਖਾ ਤੂੰ ਇਸ ਤਰ੍ਹਾਂ ਕੀ ਹੋਰ ਪੂਰੀ ਮਤਲਬ ਮੇਰੇ ਕੋਲ ਨਹੀਂ ਸ਼ਬਦ ਹੈ ਉਹਨਾਂ ਦੀ ਉਹ ਜੋ ਉਹਨਾਂ ਨੇ ਮੇਰੇ ਲਈ ਕੀਤਾ ਨਾ ਮਤਲਬ ਆਪਾਂ ਕਹਿ ਦਿੰਨੇ ਆ ਕਿ ਜੀਵਨ ਸਾਥੀ ਅਸਲ 'ਚ ਜੀਵਨ ਸਾਥੀ ਦੀ ਜੇ ਪਰਿਭਾਸ਼ਾ ਹੈ ਨਾ ਉਹ ਉਹੀ ਹੈ ਕਿ ਜਿਹੜਾ ਤੁਹਾਡੇ ਔਖੀ ਵੇਲੇ 'ਚ ਨਾਲ ਕਿਉਂਕਿ ਉਂਝ ਵੀ ਵੰਦਨਾ ਮੈਮ ਮੈਨੂੰ ਇਹ ਲੱਗਦਾ ਹੁੰਦਾ ਕਿ ਸਿਰਫ ਜਿਹੜਾ ਤੁਹਾਡਾ ਹਮਸਫਰ ਹੈ ਨਾ ਇੱਕ ਉਹਦੇ ਨਾਲ ਹੀ ਤੁਹਾਡਾ ਇੱਕ ਅਜਿਹਾ ਰਿਸ਼ਤਾ ਹੁੰਦਾ ਤੁਸੀਂ ਦੋਵਾਂ ਨੇ ਜਦ ਤੱਕ ਤੁਹਾਨੂੰ ਮੌਤ ਵੱਖਰਾ ਨਹੀਂ ਕਰ ਦਿੰਦੀ ਤੁਸੀਂ ਉਦੋਂ ਤੱਕ ਇਕੱਠੇ ਰਹਿਣਾ ਬਿਲਕੁਲ ਜੇ ਤੁਸੀਂ ਸੱਚਮੁੱਚ ਹਮਸਫਰ ਹੋ ਤਾਂ ਤੁਸੀਂ ਉਹਨਾਂ ਚਿਰ ਤੱਕ ਇਕੱਠੇ ਹੀ ਰਹਿਣਾ ਹੈ ਉਹ ਰਿਸ਼ਤਾ ਸਭ ਤੋਂ ਖੂਬਸੂਰਤ ਹੁੰਦਾ ਹੈ ਬਿਲਕਿ ਤੁਸੀਂ ਤਾਂ ਉਮਰ ਫਿਰ ਰੈਂਦੀ ਜ਼ਿੰਦਗੀ ਉਹਨਾਂ ਦੇ ਨਾਲ ਤੁਹਾਡੀ ਗੁਜ਼ਰਬਸਰ ਇਕੱਠਿਆਂ ਦੀ ਹੁੰਦੀ ਹੈ ਬਿਲਕੁਲ ਹੁੰਦੀ ਹੈ ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਸ ਰਿਸ਼ਤੇ ਦੀ ਖੂਬਸੂਰਤੀ ਨੂੰ ਮਾਨਦੇ ਨੇ ਹੈ ਨਾ ਉਹ ਕਹਿੰਦੇ ਨੇ ਕਿ ਜ਼ਿੰਦਗੀ ਮੇਲਾ ਉਹਨਾਂ ਲਈ ਹੈ ਜਿਹੜੇ ਇਹਨੂੰ ਮੇਲੀ ਬਣ ਕੇ ਮੰਨਦੇ ਨੇ ਮੈਂ ਕਿਤੇ ਬੜਿਆ ਸੀ ਕਹਿੰਦੇ ਕਿ ਬਹੁਤੇ ਲੋਕ ਤਾਂ ਦੁਕਾਨ ਲਾਉਣ ਜੋਗੀ ਥਾਂ ਲੱਭਦੇ ਹੀ ਸਾਰਾ ਮੇਲਾ ਖਤਮ ਕਰ ਲੈਂਦੇ ਆ ਜ਼ਿੰਦਗੀ ਜਿਉਣੀ ਚਾਹੀਦੀ ਹੈ ਰੱਜ ਕੇ ਜੀਓ ਜ਼ਿੰਦਗੀ ਨੂੰ ਮਾਨੋ ਇੱਕ ਵਾਰ ਜ਼ਿੰਦਗੀ ਮਿਲੀ ਹੈ ਐਨ ਖੁਸ਼ ਹੋ ਕੇ ਜੀਓ ਔਰ ਰਣਦੀਪ ਮੀਰਾ ਇਦਾਂ ਦਾ ਰਿਹਾ ਕਿ ਮੈਂ ਪੋਜ਼ਿਟਿਵ ਲੋਕਾਂ ਚ ਜਾਣਾ ਬੈਠਣਾ ਹੂੰ ਪਸੰਦ ਕਰਦੀ ਕਿਉਂਕਿ ਮੇਰੀ ਅਪਰੋਚ ਜਿਹੜੀ ਉਹ ਪੋਜ਼ਿਟਿਵ ਹੈ ਆਪਾਂ 네ਗੇਟਿਵਿਟੀ ਨੂੰ ਕੋਲ ਨਹੀਂ ਆਣ ਦਈਦਾ ਹੂੰ ਜੋ ਵੀ ਪ੍ਰੋਬਲਮਸ ਆਈਆਂ ਹਨਾ ਇਹ ਤਾਂ ਜ਼ਿੰਦਗੀ ਹੈ ਹੂੰ ਕੁਝ ਚੀਜ਼ਾਂ ਸੰਘਰਸ਼ ਜਿਹੜਾ ਉਹ ਚੱਲਦਾ ਰਹੇਗਾ ਹਨਾ ਉਹ ਕਦੇ ਖਤਮ ਨਹੀਂ ਹੋਏਗਾ ਮੈਨੂੰ ਵੀ ਲੱਗਾ ਸੀ ਕਿ 2017 ਚ ਮੈਂ ਪੱਕੀ ਹੋ ਗਈ ਮੈਨੂੰ ਵਧੀਆ ਇੰਸਟੀਚਿਊਟ ਮਿਲ ਗਿਆ ਮੇਰੀ ਫੈਮਿਲੀ ਇਕੱਠੀ ਹੋ ਗਈ ਹਨਾ ਸਾਰਾ ਕੁਝ ਠੀਕ ਹੈ ਬਟ ਵਿੱਚ ਆਈ ਪ੍ਰੋਬਲਮ ਚੱਲੇਗੀ ਹਨਾ ਤਾਂ ਇਹ ਜ਼ਿੰਦਗੀ ਹੈ ਇਹਦੇ ਚ ਪ੍ਰੋਬਲਮਸ ਆndੀਆਂ ਰਹਿਣੀਆਂ ਹੈ ਖੁਸ਼ੀ-ਖੁਸ਼ੀ ਹੱਸਦੇ-ਹੱਸਦੇ ਜ਼ਿੰਦਗੀ ਕੱਟੋ ਬਹੁਤ ਵਧੀਆ ਜ਼ਿੰਦਗੀ ਦੇ ਰੰਗ ਮਨੋ ਅੱਛਾ ਬਹੁਤ ਹੋਣਾ ਜਿਵੇਂ ਅਸੀਂ ਗੱਲ ਆਮ ਤੌਰ ਤੇ ਆਪਣੇ ਆਲੇ ਦੁਆਲੇ ਸੁਣਦੇ ਆ ਕਿ ਖਾਸ ਕਰਕੇ ਫੀਮੇਲਸ ਦੇ ਵਿੱਚ ਜਿਹੜੇ ਨੇ ਉਹ ਕੈਂਸਰ ਦੇ ਕੇਸ ਬਹੁਤ ਜ਼ਿਆਦਾ ਵਧ ਗਏ ਨੇ ਚਾਹੇ ਉਹ ਬ੍ਰੈਸਟ ਕੈਂਸਰ ਹੋਵੇ ਜਾਂ ਫਿਰ ਯੂਟਰਸ ਦਾ ਤਾਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਆ ਰਹੀਆਂ ਨੇ ਵਧੇਰੇ ਕਰਕੇ ਹਲੇ ਵੀ ਇਹ ਹੈ ਕਿ ਜਿਵੇਂ ਨਾ ਲੋਕੀ ਨਾਮ ਵੀ ਨਹੀਂ ਲੈਂਦੇ ਕੈਂਸਰ ਦਾ ਹੂੰ ਹੂੰ ਬਿਲਕੁਲ ਕਿ ਵੀ ਇਸ ਬਿਮਾਰੀ ਦਾ ਨਾਮ ਵੀ ਨਹੀਂ ਲੈਣਾ ਤੇ ਜੇ ਰੱਬ ਨਾ ਕਰੇ ਜੇ ਇਹ ਪਰਿਵਾਰ ਦੇ ਵਿੱਚ ਕਿਸੇ ਨੂੰ ਇਹ ਸਮੱਸਿਆ ਹੋ ਗਈ ਹੈ ਨਾ ਤਾਂ ਅੱਧੀ ਤਾਂ ਮੈਨੂੰ ਲੱਗਦੀ ਹੈ ਕਿ ਸਾਡੀ ਸੋਚ ਹੀ ਖਤਮ ਕਰ ਦਿੰਦੀ ਹੈ ਬਿਲਕੁਲ ਉਸ ਚੀਜ਼ ਨੂੰ ਸਾਨੂੰ ਕਿ ਵੀ ਇਹ ਇਸ ਬਿਮਾਰੀ ਦਾ ਇਲਾਜ ਨਹੀਂ ਹੈ ਜਾਂ ਕੀ ਹੈ ਉਹਨਾਂ ਸਾਰੇ ਲੋਕਾਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਹੀ ਕਵਾਂਗੀ ਕਿ ਬਿਮਾਰੀ ਕੋਈ ਵੀ ਹੈ ਹਨਾ ਉਹ ਚਾਹੇ ਕੈਂਸਰ ਹੈ ਚਾਹੇ ਕੋਈ ਹਾਰਟ ਦਾ ਪੇਸ਼ੈਂਟ ਹੈ ਇਸੇ ਨੂੰ ਕੋਈ ਬੀਪੀ ਦੀ ਸਮੱਸਿਆ ਹੈ ਕੋਈ ਦਿਮਾਗੀ ਤੌਰ ਤੇ ਬਿਮਾਰ ਹੈ ਬਿਮਾਰੀ ਦਾ ਮਤਲਬ ਇਹ ਨਹੀਂ ਹੈ ਕਿ ਉਹ ਮਤਲਬ শুਵਾਸ਼ਾਤ ਹੈ ਉਹਦੇ ਕੋਲ ਜਾਓ ਨਾ ਉਹਦੇ ਕੋਲ ਬੈਠੋ ਨਾ ਹੂੰ ਇਦਾਂ ਤਾਂ ਕੁਝ ਨਹੀਂ ਹੋਣਾ ਚਾਹੀਦਾ ਹੂੰ ਬਿਮਾਰੀ ਹਰ ਚੀਜ਼ ਦਾ ਇਲਾਜ ਹੈ ਹੈਨਾ ਕੋਈ ਵੀ ਬਿਮਾਰੀ ਹੈ ਉਹਦਾ ਇਲਾਜ ਹੈ ਹੂੰ ਪਰ ਪੋਜ਼ਿਟਿਵ ਅਪਰੋਚ ਰੱਖੋ ਮੈਨੂੰ ਲੱਗਦਾ ਕਿ ਕੈਂਸਰ ਵਰਗੀ ਜਿਹੜੀ ਬਿਮਾਰੀ ਹੈ ਉਹਦੇ ਲਈ ਵੀ ਲੋਕਾਂ ਨੂੰ ਪੋਜ਼ਿਟਿਵ ਅਪਰੋਚ ਹੀ ਰੱਖਣੀ ਚਾਹੀਦੀ ਹੈ ਔਰ ਇਸ ਗੱਲ ਨੂੰ ਮੈਂ ਆਪਣੇ ਹਾਲੇ ਦੁਆਲੇ ਵਾਲਿਆਂ ਨੂੰ ਵੀ ਮੈਂ ਮਤਲਬ ਇਸ ਇੰਟਰਵਿਊ ਦੇ ਥਰੂ ਧੰਨਵਾਦ ਕਹਿਣਾ ਚਾਹੂੰਗੀ ਕਿ ਜਦੋਂ ਮੇਰੀ ਕੀਮੋ ਲੱਗਦੀ ਸੀ ਤਾਂ ਮਤਲਬ ਚੌਥੇ ਦਿਨ ਹੀ ਚਾਰ ਦਿਨ ਤਾਂ ਮੈਂ ਘਰੋਂ ਨਿਕਲ ਨਹੀਂ ਸੀ ਸਕਦੀ ਕਿਉਂਕਿ ਕੰਡੀਸ਼ਨ ਐ ਉਹ ਜੀ ਹੁੰਦੀ ਸੀ ਪਰ ਪੰਜਵੇਂ ਦਿਨ ਹੀ ਮੇਰੇ ਗੁਆਂਢ ਵਾਲੇ ਮੇਰੇ ਆ ਜਾਂਦੀਆਂ ਸੀ ਲੇਡੀਜ਼ ਮੇਰੇ ਕੋਲ ਕਿ ਚੱਲ ਵੰਦਨਾ ਤੂੰ ਬਾਹਰ ਬੈਠ ਤੈਨੂੰ ਥੋੜਾ ਅੱਛਾ ਲੱਗੇਗਾ ਥੋੜਾ ਚੇਂਜ ਹੋਏਗਾ ਮਤਲਬ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਨਾ ਤੋ ਤੁਹਾਨੂੰ 20 ਲੋਕ ਪਿਆਰ ਕਰਦੇ ਕਰਦੇ ਆ ਤੋ ਇਹੋ ਜੀ ਸੋਚ ਰੱਖਣੀ ਕਿ ਕੈਂਸਰ ਹੈ ਤਾਂ ਇਹਦੇ ਕੋਲ ਨਹੀਂ ਜਾਣਾ ਇਹਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਦੇਖੋ ਇਹੋ ਜੇ ਲੋਕ ਕੋਈ ਮਿਲੇ ਨਹੀਂ ਹੈਨਾ ਬਟ ਮੈਂ ਕਹਿੰਨੀ ਆ ਕਿ ਲੋਕਾਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਔਰ ਇਹਦੇ ਜੇ ਕਿਸੇ ਨੂੰ ਹੋ ਵੀ ਗਿਆ ਤਾਂ ਉਹਨੂੰ ਵੀ ਪੋਜ਼ਿਟਿਵ ਰਹਿਣਾ ਚਾਹੀਦਾ ਉਦੇ ਕੋਲ ਸਾਨੂੰ ਵੀ ਕੋਈ ਨੈਗੇਟਿਵਿਟੀ ਨਹੀਂ ਫੈਲਾਉਣੀ ਚਾਹੀਦੀ ਨਹੀਂ ਫੈਲਾਉਣੀ ਚਾਹੀਦੀ ਬਿਲਕੁਲ ਹੀ ਸ਼ਰੀਰ ਨੂੰ ਕੈਂਸਰ ਹੋਇਆ ਤਾਂ ਕੋਈ ਗੱਲ ਨਹੀਂ ਤੁਹਾਡੀ ਸੋਚ ਨੂੰ ਨਹੀਂ ਹੋਣਾ ਚਾਹੀਦਾ ਅਰਨਦੀਪ ਮੇਰੇ ਜੋ ਫਿਊਚਰ ਦੇ ਪਲਾਨਸ ਨੇ ਨਾ ਮੇਰਾ ਮੇਰਾ ਆਪਣਾ ਮਤਲਬ ਨਿੱਜੀ ਤੌਰ ਤੇ ਮੇਰਾ ਮਨ ਕਰਦਾ ਹੈ ਕਿ ਮੈਂ ਇੱਕ ਆਪਣਾ ਜਿਹੜਾ ਗਰੁੱਪ ਹੈ ਮੇਰਾ ਥੀਏਟਰ ਦਾ ਉਹਦੇ ਥਰੂ ਮਤਲਬ ਮੈਂ ਨਾਟਕ ਕਰਾਂ ਕੈਂਸਰ ਅਵੇਅਰਨੈਸ ਲਈ ਕੈਂਸਰ ਅਵੇਅਰਨੈਸ ਲਈ ਔਰ ਉਹ ਮੈਂ ਜ਼ਰੂਰ ਕਰਾਂਗੀ ਸਮਾ ਥੋੜਾ ਜਿਹਾ ਲੱਗੇਗਾ ਜੀ ਬਟ ਇਹ ਕੰਮ ਮੈਂ ਜ਼ਰੂਰ ਕਰਾਂਗੀ ਜੀ ਅ ਅੱਜ ਕੱਲ੍ਹ ਨਾਲ ਸਾਡੇ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਰਿਸ਼ਤੇ ਐ ਉਹ ਜਿਨ੍ਹਾਂ ਨੂੰ ਅਸੀਂ ਆਧੁਨਿਕ ਹੋਣ ਦਾ ਠੱਪਾ ਲਗਾਉਂਦੇ ਆ ਜਿਨ੍ਹਾਂ ਦੇ ਉੱਤੇ ਉਹ ਚੱਲ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਵਿਆਹ ਤੋਂ ਹੀ ਮੁਨਕਰ ਹੁਣ ਹੁੰਦੇ ਆ ਹਨਾ ਹਰ ਕਿਸੇ ਦੀ ਆਪਣੀ ਜ਼ਿੰਦਗੀ ਆ ਹਰ ਕਿਸੇ ਦੀ ਆਪਣੀ ਸੋਚ ਆ ਪਰ ਮੈਨੂੰ ਲੱਗਦਾ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਆਉਂਦੀ ਜਦੋਂ ਅਸੀਂ ਕਿਸੇ ਤਕਲੀਫ ਦੇ ਵਿੱਚ ਹੁੰਦੇ ਆ ਨਾ ਫਿਰ ਸਾਨੂੰ ਸੱਚਮੁੱਚ ਮਾਇਨੇ ਪਤਾ ਚੱਲਦੇ ਆ ਕਿ ਜੀਵਨ ਸਾਥੀ ਕੀ ਹੁੰਦਾ ਹੈ ਜੀਵਨ ਸਾਥੀ ਦਾ ਹੋਣਾ ਕਿੰਨਾ ਜ਼ਰੂਰੀ ਆ ਬਿਲਕੁਲ ਮੈਨੂੰ ਲੱਗਦਾ ਕਿ ਜ਼ਿੰਦਗੀ ਚ ਜੋ ਵੀ ਦੇਖੋ ਰੀਤਾਂ ਰਸਮਾਂ ਔਰ ਜੋ ਵੀ ਰਿਸ਼ਤੇ ਨੇ ਉਹ ਜ਼ਰੂਰ ਨਿਭਾਉਣੇ ਚਾਹੀਦੇ ਨੇ ਔਰ ਜੇ ਅਸੀਂ ਗੱਲ ਕਰੀਏ ਕਿ ਮਤਲਬ ਅੱਜਕਲ ਬਹੁਤ ਟ੍ਰੈਂਡ ਚੱਲ ਗਿਆ ਹੈ ਕਿ ਲੜਕੀ ਆਪਣੇ ਪੈਰਾਂ ਤੇ ਸਟੈਂਡ ਹੈ ਤਾਂ ਉਹਨੂੰ ਲੱਗਦਾ ਕਿ ਵਿਆਹ ਜਿਹੜਾ ਇੰਪੋਰਟੈਂਟ ਨਹੀਂ ਹੈ ਹਨਾ ਕਿ ਕੀ ਲੋੜ ਹੈ ਵਿਆਹ ਕਰਵਾਣ ਦੀ ਮੈਂ ਕਮਾਰੀਆ ਮੈਂ ਖਾ ਰਹੀਆ ਮੈਂ ਕਿਸੇ ਤੇ ਕਿਉਂ ਬਟ ਮੈਨੂੰ ਲੱਗਦਾ ਕਿ ਨਹੀਂ ਜ਼ਰੂਰੀ ਹੈ ਬਿਆ ਜੋ ਤਕ ਤੁਹਾਡੇ ਸਰੀਰ ਚ ਜਾਨ ਹੈ ਹੈ ਨਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਘਰਾਂ ਚ ਕਿ ਜਦੋਂ ਤੱਕ ਤੁਹਾਡੇ ਤੇ ਜਵਾਨੀ ਹੈ ਸਰੀਰ ਚੱਲ ਰਿਹਾ ਹੈ ਤੁਹਾਨੂੰ ਦੁਨੀਆਦਾਰੀ ਤੋਂ ਕੋਈ ਲੈਣਾ ਦੇਣਾ ਨਹੀਂ ਲੈਣਾ ਦੇ ਪਰ ਟਲਦੀ ਉਮਰੇ ਜਦੋਂ ਠਹਿਰਾਵ ਆਉਂਦਾ ਹੈ ਨਾ ਜ਼ਿੰਦਗੀ ਚ ਉਦੋਂ ਮਹਿਸੂਸ ਹੁੰਦਾ ਕਿ ਮੇਰਾ ਆਪਣਾ ਪਰਿਵਾਰ ਹੁੰਦਾ ਤਾਂ ਕਿੰਨਾ ਵਧੀਆ ਹੁੰਦਾ ਕਿਉਂਕਿ ਦੇਖੋ ਇਹ ਦੁਨੀਆਦਾਰੀ ਹੈ ਹੈ ਨਾ ਤੁਹਾਨੂੰ ਜਵਾਨੀ ਟਾਈਮ 'ਚ ਲੱਗੇਗਾ ਕਿ ਮੇਰੇ ਭਰਾ ਮੇਰੇ ਪਤੀਜੇ ਪਤੀਜੀਆਂ ਮੇਰੇ ਮੰਮੀ ਪਾਪਾ ਬਟ ਇੱਕ ਸਮਾਂ ਹੋ ਜਾਂਦਾ ਨਾ ਜੇ ਤੁਸੀਂ ਕੁਆਰੇ ਰਹਿੰਦੇ ਹੋ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਮਤਲਬ ਸਮੇਂ ਦੇ ਨਾਲ ਨਾ ਤੁਹਾਨੂੰ ਫਿਰ ਉਹ ਰਿਸ਼ਤਿਆਂ ਦੀ ਉਹ ਆਪਣੀ ਜ਼ਿੰਦਗੀ ਚੁੱਲ੍ਹ ਚ ਜਾਂਦੇ ਨੇ ਬੱਚੇ ਵੱਡੇ ਹੋ ਜਾਂਦੇ ਨੇ ਹਨਾ ਭਰਾ ਭਜਾਈਆਂ ਆਪਣੇ ਚੁੱਲ੍ਹ ਚ ਜਾਂਦੇ ਨੇ ਤਾਂ ਇੱਕ ਆਪਣਾ ਪਰਿਵਾਰ ਹੋਣਾ ਬੜਾ ਜ਼ਰੂਰੀ ਹੈ ਹੂੰ ਮੈਨੂੰ ਲੱਗਦਾ ਕਿ ਵਿਆਹ ਬਹੁਤ ਜ਼ਰੂਰੀ ਹੈ। ਔਰ ਬਾਕੀ ਪਰ ਆਪਣੀ ਆਪਣੀ ਸੋਚ ਹੈ ਦੇਖੋ ਆਪਾਂ ਕਿਸੇ ਨੂੰ ਕੰਪੈਲ ਨਹੀਂ ਕਰ ਸਕਦੇ ਹਨਾ। ਹਮਮ ਔਰ ਲੜਕੀਆਂ ਦੇ ਲਈ ਆਤਮ ਨਿਰਭਰ ਹੋਣਾ। ਹਮ ਇਹ ਬਹੁਤ ਜ਼ਰੂਰੀ ਹੈ। ਹਮ ਔਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਰੰਗਮੰਚ ਨੇ ਕਿਵੇਂ ਮਤਲਬ ਰੰਗਮੰਚ ਕਰਕੇ ਅਸੀਂ ਕਿਵੇਂ ਸਟਰੋਂਗ ਹੁੰਨੇ ਆ ਤਾਂ ਮੈਂ ਖੁਦ ਆਪਣੇ ਆਪ ਨੂੰ ਨਾ ਇਹ ਚੀਜ਼ ਦੇਖੀ ਹੈ। ਜਦੋਂ ਮੈਂ ਪਹਿਲੀ ਅ ਇੱਥੇ ਐਡਮਿਸ਼ਨ ਲਿੱਤੀ ਐ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਐਮ ਐ ਕਰਨ ਲਈ ਹੂੰ ਤਾਂ ਉਦੋਂ ਕੀ ਸੀ ਕਿ ਜਦੋਂ ਛੁੱਟੀਆਂ ਹੋਈਆਂ ਤੇ ਮੈਨੂੰ ਅੰਮ੍ਰਿਤਸਰ ਮੇਰਾ ਘਰ ਤੇ ਮੈਨੂੰ ਉੱਥੇ ਜਾਣਾ ਨਾ ਆਵੇ ਵੀ ਮੈਂ ਜਾਵਾਂ ਕਿਵੇਂ ਹੂੰ ਇਕੱਲੇ ਕਦੇ ਸਫ਼ਰ ਹੀ ਨਹੀਂ ਕੀਤਾ ਹੂੰ ਤਾਂ ਉਧਰੋਂ ਮੰਮਾ ਆਏ ਹੂੰ ਉਹ ਮੈਨੂੰ ਲੈ ਕੇ ਗਏ ਜੀ ਫਿਰ ਮੈਂ ਸੋਚਿਆ ਕਿ ਮਨਾ ਇਸ ਤਰ੍ਹਾਂ ਤੇ ਨਹੀਂ ਚੱਲਣਾ ਵੀ ਜਦੋਂ ਵੀ ਛੁੱਟੀਆਂ ਹੋਣਗੀਆਂ ਤੇ ਕੋਈ ਘਰੋਂ ਆਏਗਾ ਤੇ ਉਹ ਮੈਨੂੰ ਲੈ ਕੇ ਜਾਏਗਾ ਹੂੰ ਫਿਰ ਮੈਂ ਹੌਲੀ ਹੌਲੀ ਕੈਲੋਕ ਥੀਏਟਰ ਨੇ ਉਹ ਆਤਮ ਵਿਸ਼ਵਾਸ ਪੈਦਾ ਕੀਤਾ ਉਹ ਆਤਮ ਨਿਰਭਰਤਾ ਆਈ ਤਾਂ ਖੁਦ ਸਫ਼ਰ ਕਰਨੇ ਸ਼ੁਰੂ ਕੀਤੇ ਹੂੰ ਕਈ ਵਾਰੀ ਕੀ ਹੁੰਦਾ ਹੁਣ ਬਸਾਂ 'ਚ ਤੁਸੀਂ ਤੁਸੀਂ ਵੀ ਸਫ਼ਰ ਕੀਤੇ ਹੋਣੇ ਬੜੇ ਤਾਂ ਬੈਠੇ ਹੁੰਨੇ ਆ ਕੋਈ ਜੈਂਟਸ ਵਾਰੀ ਆ ਕੇ ਬੈਠ ਜਾਂਦੀ ਹੈ ਉਹ ਟੱਚ ਕਰਨ ਦੀ ਕੋਸ਼ਿਸ਼ ਕਰਦੀ ਹੈ ਕਦੇ ਕੂਣੀ ਕਦੇ ਕੁਝ ਸ਼ੁਰੂ ਸ਼ੁਰੂ ਤੋਂ ਕੀ ਹੁੰਦਾ ਸੀ ਕਿ ਕਿਸੇ ਨੂੰ ਕੁਝ ਕਿਉਂ ਨਹੀਂ ਸੀ ਜਾਂਦਾ ਡਰ ਲੱਗਦਾ ਸੀ ਆਪ ਹੀ ਬਾਰੀ ਵਾਲੀ ਸੀਟ ਵੱਲ ਖਿਸਕੀ ਜਾਣਾ ਉਹ ਦੂਰ ਹੋਈ ਜਾਣਾ ਪਰ ਅਗਲੇ ਨੂੰ ਕੁਝ ਨਹੀਂ ਕਹਿਣਾ ਹਮ ਪਰ ਥੀਏਟਰ ਨੇ ਇੱਕ ਇਹੋ ਜਿਹਾ ਕੌਨਫੀਡੈਂਸੀ ਕਹੋ ਜਿਹਾ ਆਤਮ ਵਿਸ਼ਵਾਸ ਭਰ ਦਿੰਦਾ ਨਾ ਕਿ ਫਿਰ ਕਿਸੇ ਦੀ ਕੀ ਹਿੰਮਤ ਹੈ ਕਿ ਕੋਈ ਕੂਨੀ ਵੀ ਲਾ ਜੇ ਹਮ ਫਿਰ ਜਵਾਬ ਦੇਣਾ ਆ ਗਿਆ ਥੀਏਟਰ ਨੇ ਮਤਲਬ ਇਹ ਕੌਨਫੀਡੈਂਸ ਲੈਵਲ ਜਿਹੜਾ ਨਾ ਉਹ ਅਪ ਕਰ ਦਿੰਦਾ ਹਮ ਹੁਣ ਮੈਂ ਕਈ ਵਿਦਿਆਰਥੀ ਇਹੋ ਜਿ ਦੇਖਦੀਆਂ ਕਿਉਂਕਿ ਮੈਂ ਖਾਲਸਾ ਕਾਲਜ ਪਟਿਆਲਾ ਚ ਥੀਏਟਰ ਸਟੱਡੀਜ਼ ਸਬਜੈਕਟ ਪੜਾਨੀ ਆ ਜਿਹੜਾ ਸਬਜੈਕਟ ਕੀ ਬੀਏ ਦੇ ਵਿੱਚ ਹੈ ਔਰ ਇਹ ਇਕਲੌਤਾ ਕਾਲਜ ਹੈ ਪੰਜਾਬ ਦਾ ਜਿਦੇ ਵਿੱਚ ਇਹ ਸਬਜੈਕਟ ਬੀਏ ਦੇ ਵਿੱਚ ਪੜਾਇਆ ਜਾ ਰਿਹਾ ਕਿਤੇ ਵੀ ਹੋਰ ਥੀਟਰ ਸਟੱਡੀਜ਼ ਥੀਟਰ ਨੂੰ ਬੀਏ ਦੇ ਵਿੱਚ ਨਹੀਂ ਪੜਾਇਆ ਜਾ ਰਿਹਾ ਇਹ ਡਾਕਟਰ ਤਰਮਿੰਦਰ ਸਿੰਘ ਉੱਬਾ ਜੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਹੈ ਜੀ ਤੇ ਇੱਥੇ ਮੈਂ ਦੇਖਦੀ ਆ ਬੱਚੇ ਜਦੋਂ ਪਹਿਲੀ ਵਾਰ ਆਉਂਦੇ ਨੇ ਹਨਾ ਥੀਟਰ ਲਈ ਤਾਂ ਉਹ ਬੜੇ ਸ਼ਾਈ ਨੇਚਰ ਦੇ ਹੁੰਦੇ ਨੇ ਉ ਆਪਣੀ ਗੱਲ ਜਿਹੜੀ ਉਹ ਖੁੱਲ ਕੇ ਨਹੀਂ ਕਰ ਸਕਦੇ ਕਿਉਂਕਿ ਕੌਨਫੀਡੈਂਸ ਲੈਵਲ ਬੜਾ ਡਾਊਨ ਹੁੰਦਾ ਹੌਲੀ ਹੌਲੀ ਉਹ ਯੁਵਕ ਮੇਲਿਆਂ ਚ ਪਾਰਟਿਸਿਪੇਟ ਕਰਦੇ ਨੇ ਫਿਰ ਉਹਨਾਂ ਦੀ ਜਿਹੜੀ ਸੋਚ ਉਹ ਵਾਈਡ ਹੁੰਦੀ ਹੈ ਹਨਾ ਫਿਰ ਉਹ ਮਤਲਬ ਉਹਨਾਂ ਚ ਕੌਨਫੀਡੈਂਸ ਲੈਵਲ ਜਿਹੜਾ ਉਹ ਅਪ ਹੁੰਦਾ ਉਹਨਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹਮ ਤਾਂ ਥੀਏਟਰ ਜਿਹੜਾ ਉਹ ਮੈਨੂੰ ਲੱਗਦਾ ਕਿ ਹਰ ਲੜਕੀ ਨੂੰ ਕਰਨਾ ਚਾਹੀਦਾ ਚਾਹੇ ਉਹ ਨੂੰ ਅੱਗੇ profession as ਉਹ ਅਪਣਾਵੇ ਚਾਹੇ ਨਾ ਅਪਣਾਵੇ ਬਟ ਥੀਏਟਰ ਨੂੰ ਜ਼ਿੰਦਗੀ ਚ ਇੱਕ ਵਾਰੀ ਜ਼ਰੂਰ ਕਰੋ ਨਾਟਕਾਂ ਚ ਪਾਰਟਿਸਿਪੇਟ ਕਰੋ ਇਹ ਤੁਹਾਨੂੰ ਬਹੁਤ ਕੁਝ ਬਹੁਤ ਸਾਰੀਆਂ ਚੀਜ਼ਾਂ ਸਿਖਾਣਗੇ ਇਹ ਤੁਸੀਂ ਜੋ ਵੀ ਤੁਹਾਡਾ ਪਸੰਦੀਦਾ ਖੇਤਰ ਜੋ ਵੀ ਹੈ ਤੁਸੀਂ ਉਹਦੇ ਚ ਚਾਹੇ ਥੋੜਾ ਕਰੋ ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗੇ ਰਹਿਣਾ ਬਹੁਤ ਜ਼ਰੂਰੀ ਹੈ ਥੀਏਟਰ ਇੱਕ ਹੀ ਚੀਜ਼ ਨਹੀਂ ਹੈ ਕੋਲੀਬੋਰੇਟ ਆਰਟ ਹੈ ਇਹਦੇ ਵਿੱਚ 뮤직 ਵੀ ਹੈ ਇਹਦੇ ਚ ਡਾਂਸ ਵੀ ਹੈ ਪੇਂਟਿੰਗ ਵੀ ਹੈ ਸੈਟ ਡਿਜ਼ਾਈਨਿੰਗ ਵੀ ਹੈ ਔਰ ਇਹ ਉਂਝ ਵੀ ਤੁਹਾਡੇ ਲਈ ਬਹੁਤ ਸਾਰੇ ਰਸਤੇ ਓਪਨ ਕਰ ਦਿੰਦਾ ਤੁਸੀਂ ਬਹੁਤ ਸਾਰੀਆਂ ਫੀਲਡ ਦੇ ਵਿੱਚ ਜਾ ਸਕਦੇ ਹੋ ਐਜ਼ ਅਕਟਰ ਤੁਸੀਂ ਜਾ ਸਕਦੇ ਹੋ ਨਾ ਐਜ਼ ਅ ਡਾਇਰੈਕਟਰ ਬਣ ਸਕਦੇ ਹੋ ਰਾਈਟਰ ਬਣ ਸਕਦੇ ਹੋ ਪ੍ਰੋਡਕਸ਼ਨ 'ਚ ਜਾ ਸਕਦੇ ਹੋ ਬਹੁਤ ਸਾਰੀਆਂ ਫੀਲਡਸ ਤੁਹਾਡੇ ਲਈ ਓਪਨ ਕਰਦਾ ਜੀ ਰੰਗਾਂ ਦਾ ਮੰਚ ਬਹੁਤ ਵਧੀਆ ਹੈ ਰੰਗਾਂ ਦੀ ਦੁਨੀਆ ਹੈ ਆਨੰਦ ਮਾਣੋ ਬਿਲਕੁਲ ਡਾਕਟਰ ਵੰਨਾਸੀ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਰੱਬ ਸਾਰੇ ਰੰਗ ਭਰੇ ਤੇ ਤੁਸੀਂ ਹਮੇਸ਼ਾ ਐਸੀ ਤਰ੍ਹਾਂ ਖਿੜੇ ਰਹੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ थैंक यू ਸੋ ਮਚ ਸ਼ਸ਼ਿਕ ਸੋ ਇੱਕ ਹੀ ਜ਼ਿੰਦਗੀ ਮਿਲੀ ਹੈ ਇਹਨੂੰ ਖੁੱਲ ਕੇ ਮਾਣੋ ਰੱਜ ਕੇ ਜਿਓ ਜ਼ਿੰਦਗੀ ਤੁਹਾਡੀ ਹੈ ਇੱਕੋ ਵਾਰ ਮਿਲੀ ਹੈ ਇਸ ਜ਼ਿੰਦਗੀ ਦੇ ਵਿੱਚ ਕੋਈ ਕਾਸ਼ ਨਹੀਂ ਹੋਣੀ ਚਾਹੀਦੀ ਆਪਣੇ ਸੁਪਨੇ ਜ਼ਰੂਰ ਪੂਰੇ ਕਰੋ ਜੋ ਵੀ ਤੁਹਾਡਾ ਮਨ ਕਹਿੰਦਾ ਹੈ ਪੂਰੇ ਦਿਲ ਨਾਲ ਤੁਸੀਂ ਜੋ ਕੰਮ ਕਰ ਸਕਦੇ ਹੋ ਉਸ ਕੰਮ ਨੂੰ ਜ਼ਰੂਰ ਕਰੋ ਜ਼ਿੰਦਗੀ ਹੈ ਥੋੜੇ ਬਹੁਤੇ ਕਾਟੇ ਵਾਦੇ ਚਲਦੇ ਹੀ ਰਹਿੰਦੇ ਆ ਫਿਰ ਚਾਹੇ ਉਹ ਆਰਥਿਕ ਤੰਗੀਆਂ ਤੁਰਸ਼ੀਆਂ ਹੋਣ ਜਾਂ ਸਰੀਰ ਦੇ ਨਾਲ ਕੋਈ ਬਿਮਾਰੀ ਹੋ ਗਈ ਹੈ ਕੁਝ ਇਹ ਕਹਿੰਦੇ ਨੇ ਕਿ ਜਦੋਂ ਤੱਕ ਜ਼ਿੰਦਗੀ ਹੈ ਕੁਝ ਨਾ ਕੁਝ ਤਾਂ ਚੱਲਦਾ ਹੀ ਰਹੇਗਾ ਸੋ ਆਪਣੇ ਸੁਪਨੇ ਪੂਰੇ ਕਰਨ ਲਈ ਇੱਕ ਹੰਬੜਾ ਜ਼ਰੂਰ ਸਾਨੂੰ ਸਾਰਿਆਂ ਨੂੰ ਮਾਰਨਾ ਚਾਹੀਦਾ ਹੈ ਜ਼ਰੂਰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ